ਦੇ ਮੋੜਿਆਂ ਤੇ ਭਾਰ ਮਹਿਸੂਸ ਹੁੰਦਾ ਇੱਕ ਲੈਗੇਸੀ ਹੈ ਮਜੀਠੀਆ ਪਰਿਵਾਰ ਦੀ ਬਾਦਲ ਪਰਿਵਾਰ ਦੀ 2009 14 19 24 ਕਿਹੜਾ ਇਲੈਕਸ਼ਨ ਤੁਹਾਨੂੰ ਲੱਗਦਾ ਕਿ ਹਾਂ ਟਫੈਸਟ ਤੁਹਾਡੇ ਲਈ ਰਿਹਾ ਹੈ ਜਾਂ ਰਹਿ ਸਕਦਾ ਐਲੀਗੇਸ਼ਨਸ ਤੁਹਾਡੇ ਤੇ ਲੱਗ ਰਹੇ ਹਨ ਕਿ ਕਹਿੰਦੇ ਤੁਸੀਂ ਫ੍ਰੈਂਡਲੀ ਮੈਚ ਅਕਾਲੀ ਦਲ ਦੇ ਬਣਾ ਲਿਆ ਬਠਿੰਡਾ ਦੇ ਸੰਗਰੂਰ ਮਲੂਕਾ ਸਾਹਿਬ ਅਕਾਲੀ ਦਲ ਦੇ ਵਿੱਚ ਹੁਣ ਪਰ ਉਹਨਾਂ ਦੇ ਬੇਟੇ ਉਹਨਾਂ ਦੀ ਡਾਟਰ ਇਨ ਲਾ ਤੁਹਾਡੇ ਅਗੇਂਸਟ ਇਨਫੈਕਟ ਕੈਂਡੀਡੇਟ ਐ ਐਕਟਿਵ ਨਜ਼ਰ ਨਹੀਂ ਆ ਰਹੇ ਮਲੂਕਾ ਸਾਹਿਬ ਤੁਹਾਡੀ ਕੈਂਪੇਨ ਦੇ ਦੌਰਾਨ ਰਾਜਾ ਜੀ ਰਾਜਾ ਬੜਿੰਗਾ ਕਹਿੰਦੇ ਮੇਰੇ ਤੋਂ ਲਿਖ ਕੇ ਲੈ ਲਓ ਬਠਿੰਡਾ ਹਰਸਿਮਰਤ ਕੌਰ ਬਦਲਹੜ ਤੁਸੀਂ ਹਮੇਸ਼ਾ ਸਿਰ ਟੱਕੇ ਹੋਏ ਨਜ਼ਰ ਆਉਂਦੇ ਹੋ ਇੱਕ ਪੰਥਕ ਪਾਰਟੀ ਦੇ ਆਗੂ ਦੇ ਲਈ ਜ਼ਰੂਰੀ ਇਹ ਤਾਂ ਪਤਾ ਨਹੀਂ ਦੂਜੇ ਹੀ ਦੱਸਾਂਗੇ ਸੂਬੇ ਦੇ ਵਿੱਚ ਵਿਧਾਨ ਸਭਾ ਚੋਣਾ ਹੋਣਾ ਹਾਂ ਲੋਕ ਸਭਾ ਚੋਣਾ ਇੱਕ ਸੀਟ ਤੇ ਇੱਕ ਇਲਾਕਾ ਤੇ ਇੱਕ ਹਲਕਾ ਖੂਬ ਚਰਚਾ ਦੇ ਵਿੱਚ ਹਮੇਸ਼ਾ ਹੀ ਰਹਿੰਦਾ ਹੈ ਔਰ ਉਹ ਹਾਈ ਪ੍ਰੋਫਾਈਲ ਹੈ ਹਾਈ ਪ੍ਰੋਫਾਈਲ ਕਿਉਂ ਹੋ ਜਾਂਦਾ ਹੈ ਉਸ ਨੂੰ ਇੱਕ ਤਰੀਕੇ ਨਾਲ ਇੱਕ ਪਰਿਵਾਰ ਦੀ ਸਾਖ ਦੀ ਲੜਾਈ ਦੇ ਨਾਲ ਕਿਉਂ ਜੋੜ ਲਿਆ ਜਾਂਦਾ ਹੈ ਬਹੁਤ ਸਾਰੇ ਸਵਾਲ ਸਭ ਦੇ ਜ਼ਿਹਨ ਦੇ ਵਿੱਚ ਆਉਂਦੇ ਹੋਣਗੇ ਮੈਂ ਇਹਨਾਂ ਕੁਝ ਬੋਲਿਆ ਤੁਸੀਂ ਲਾਜ਼ਮੀ ਤੌਰ ਤੇ ਪਹੁੰਚ ਗਏ ਹੋਵੋਗੇ ਕਿ ਮੈਂ ਕਿਹੜੇ ਹਲਕੇ ਦਾ ਜ਼ਿਕਰ ਕਰ ਰਿਹਾ ਸਸਰੇ ਕਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਮੈਂ ਜ਼ਿਕਰ ਕਰ ਰਿਹਾ ਬਠਿੰਡਾ ਲੋਕ ਸਭਾ ਹਲਕਾ ਦਾ ਔਰ ਅੱਜ ਅਸੀਂ ਪਹੁੰਚੇ ਹੋਏ ਹਾਂ ਬਾਦਲਪਿੰਡ ਤੇ ਸਾਡੇ ਨਾਲ ਨੇ ਬਹੁਤ ਖਾਸ ਮਹਿਮਾਨ ਹਰਸਿਮਰਤ ਕੌਰ ਬਾਦਲ ਜੀ ਮੌਜੂਦਾ ਐਮਪੀ ਨੇ ਇੱਕ ਵਾਰ ਫਿਰ ਤੋਂ ਸ਼ਰਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਬਠਿੰਡਾ ਲੋਕ ਸਭਾ ਤੋਂ ਮੈਂ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਬਹੁਤ-ਬਹੁਤ ਧੰਨਵਾਦ ਤੁਸੀਂ ਇੰਨੀ ਬਿਜ਼ੀ ਸ਼ੈਡਿਊਲ ਦੇ ਵਿੱਚੋਂ ਕੈਂਪੇਨ ਦੇ ਇਸ ਦੌਰ ਦੇ ਵਿੱਚੋਂ ਸਾਨੂੰ ਟਾਈਮ ਦਿੱਤਾ। ਅੱਜ ਤੁਹਾਡੇ ਕਰਕੇ ਮੈਨੂੰ ਕੁਝ ਚੰਦ ਘੰਟੇ ਫ੍ਰੀ ਮਿਲ ਗਏ। ਜੀ। ਇੰਟਰਵਿਊਜ਼ ਕਰਨ ਵਾਸਤੇ ਸੋ ਮੈਂ ਤੁਹਾਡਾ ਸ਼ੁਕਰਾਨਾ ਕਰਦੀ ਆ। ਮੈਂ ਮੈਂ ਸ਼ੁਰੂਆਤ ਕਰਦਾ ਮੈਂ ਜਿਹੜੀ ਇੰਟਰੋ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਇਹ ਬਠਿੰਡਾ ਦੀ ਸੀਟ ਇੰਨੀ ਅਹਿਮ ਕਿਉਂ ਹੈ? ਮੇਰੇ ਖਿਆਲ ਜਿਹੜੇ ਵੀ ਆਪੋਨੈਂਟਸ ਆਪੋਜੀਸ਼ਨ ਹੁੰਦੀ ਹੈ ਮੌਜੂਦਾ ਸਰਕਾਰ ਹੁੰਦੀ ਹੈ ਉਹਦਾ ਸਾਰਾ ਜ਼ੋਰ ਹੁੰਦਾ ਹੈ ਕਿ ਬਾਦਲਾਂ ਨੂੰ ਢਾ ਲਈਏ ਤੇ ਅਕਾਲੀ ਦਲ ਨੂੰ ਢਾ ਲਿਆ ਸੋ ਆਈ ਥਿੰਕ ਮੇਰੀ ਪਹਿਲੀ ਚੋਣ ਤੋਂ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੇ ਚੁਣੌਤੀ ਦਿੱਤੀ ਸੀ ਕਿ ਬਾਦਲਾਂ ਨੂੰ ਖਤਮ ਕਰ ਦਾਂਗੇ ਕੱਢ ਦਾਂਗੇ ਵੀ ਵਿਲ ਥਰੋ ਦਾ ਬਾਦਲਸ ਆਊਟ ਤੇ ਆਪਦੇ ਮੁੰਡੇ ਨੂੰ ਉਤਾਰਿਆ ਸੀਗਾ ਜੀ ਉਹਦੇ ਬਾਅਦ ਫਿਰ ਸਾਡੇ ਕਦੇ ਨਰਵਸਨੈਸ ਫੀਲ ਹੁੰਦੀ ਹੈ ਓਵਰ ਟਾਕਿੰਗ ਸੀਟ ਹੈ ਕਿ ਬਹੁਤ ਜ਼ਿਆਦਾ ਗੱਲ ਹੁੰਦੀ ਹੈ ਜਿੱਥੇ ਜਾ ਕੇ ਚਲੇ ਜੋ ਜਿੱ 13 ਸੀਟਾਂ ਦਾ ਜ਼ਿਕਰ ਹੋ ਰਿਹਾ ਹੁੰਦਾ ਸਾਰੇ ਕੰਨੇ ਆ ਦੋ ਸੀਟਾਂ ਬਹੁਤ ਹਾਈ ਪ੍ਰੋਫਾਈਲਾਂ ਉਹਦੇ ਵਿੱਚ ਇੱਕ ਪੱਕਾ ਬਠੰਡਾ ਹੁੰਦੀ ਹੈ ਜਾਂ ਇੱਕ ਸੀਟ ਹਾਈ ਪ੍ਰੋਫਾਈਲ ਆ ਉਹ ਚ ਬਠੰਡਾ ਪੱਕਾ ਹੁੰਦੀ ਪੱਕਾ ਇਹ ਤਾਂ ਹੁੰਦੀ ਹਰ ਵਾਰ ਨਰਵਸਨੈਸ ਹੁੰਦੀ ਹੈ ਕਿ ਜਦੋਂ ਬਹੁਤ ਜ਼ਿਆਦਾ ਗੱਲ ਹੋਣੀ ਹੋਵੇ ਮੈਨੂੰ ਕੋਈ ਤਾਂ ਨਹੀਂ ਪਹਿਲੀ ਵਾਰੀ ਤਾਂ ਮੈਨੂੰ ਪਤਾ ਹੀ ਨਹੀਂ ਸੀ ਕੀ ਹੋ ਰਿਹਾ ਮੈਂ ਸੋਚਦੀ ਸੀ ਅੱਛਾ ਇਲੈਕਸ਼ਨ ਆ ਹੋਣਦੀ ਹੈ ਕੋ ਸਾਹਮਣੇ ਤੋਂ ਕੋਈ ਨਜ਼ਰ ਹੀ ਨਹੀਂ ਆ ਰਿਹਾ ਆਈ ਡਿਡਨਟ ਨੋ ਕੀ ਹੁੰਦੀ ਕਿਵੇਂ ਸੋ ਪਹਿਲੀ ਵਾਰੀ ਕੁਝ ਵੀ ਨਹੀਂ ਸੀਗਾ ਸੈਕੰਡ ਟਾਈਮ ਜਦ ਸਾਰੀ ਪਾਰਟੀਆਂ ਇਕੱਠੀਆਂ ਹੋ ਕੇ ਮੈਨੂੰ ਸਿੰਗਲ ਆਪੋਜੀਸ਼ਨ ਕਰਕੇ ਕਮਨਪ੍ਰੀਤ ਨੇ ਸਾਰਿਆਂ ਨੂੰ ਇਕੱਠਾ ਕਰ ਲਿਆ ਸੀਗਾ ਤੁਹਾਨੂੰ ਪਤਾ ਹੈ ਪੀਪੀ ਹੈਡ ਮਰਜਡ ਇਨਟੂ ਕਾਂਗਰਸ ਦੇ ਨਾਲ ਤੇ ਆਮ ਆਦਮੀ ਨੇ ਵੀ 10 ਦਿਨ ਕੈਂਪੇਨ ਕਰਕੇ ਉਹਨਾਂ ਦੇ ਨਾਲ ਹੀ ਤੁਰ ਗਏ ਸੀ ਕਮਿਊਨਿਸਟ ਵੀ ਸਾਰੇ ਨਾਲ ਸੀਗੇ ਸੋ ਉਸ ਟਾਈਮ ਲੱਗਦਾ ਸੀ ਕਿ ਟਫ ਫਾਈਟ ਹੈਗੀ ਬਟ ਫਿਰ ਹੁਣ ਤਾਂ ਆਈ ਥਿੰਕ 15 ਸਾਲਾਂ ਜੇ ਹੁਣ ਉਹ ਨਿਕਲ ਗਿਆ ਉਹ ਸਾਰਾ ਨਰਵਸਨਸ ਹੋਉਂਦੀ ਸੀ ਜਦ ਪਹਿਲੀ ਵਾਰ ਸਪੀਚ ਦੀ ਸੀ ਉਹਦੇ ਬਾਅਦ ਨਰਵਸਨਸ ਖਤਮ ਹੋ ਗਈ ਅੱਛਾ 5 ਸਾਲ ਦੇ ਵਿੱਚ ਬਹੁਤ ਕੁਝ ਬਦਲਿਆ 2019 ਤੋਂ ਲੈ ਕੇ 2024 ਤੱਕ ਅਮ ਬੀਜਪੀ ਨਾਲ ਤੁਹਾਡਾ ਅਲਾਈਅੰਸ ਟੁੱਟ ਚੁੱਕਿਆ ਹੈ ਇਸ ਵਾਰ ਤੁਸੀਂ ਬਿਲਕੁਲ ਅਲੱਗ ਪਹਿਲੀ ਵਾਰ ਮੈਦਾਨ ਦੇ ਵਿੱਚੋਂ ਦੂਜਾ ਪੁਆਇੰਟ ਕਿਸਾਨ ਅੰਦੋਲਨ ਆਲਰੇਡੀ ਦੋ ਦੇਖ ਚੁੱਕੇ ਹਾਂ ਐਗਰੀ ਲਾਜ਼ ਵਾਲੀ ਗੱਲ ਹੋਈ ਪਰ ਮੈਂ ਦੋ ਚੀਜ਼ਾਂ ਤੇ ਫੋਕਸ ਕਰਾਂ ਇੱਕ ਬੀਜਪੀ ਔਰ ਦੂਜਾ ਸਭ ਤੋਂ ਵੱਡੀ ਗੱਲ ਇਹ ਸੀਟ ਤੁਸੀਂ ਇਸ ਵਾਰ ਲੜ ਰਹੇ ਹੋ ਬਦਲ ਸਾਹਬ ਤੋਂ ਬਿਨਾ ਹਾਂਜੀ ਉਹ ਮੇਰੇ ਵਾਸਤੇ ਸਭ ਤੋਂ ਇਮੋਸ਼ਨਲ ਚੀਜ਼ ਆਹੀ ਹੈ ਕਿ ਪਹਿਲੀ ਵਾਰੀ ਉਹ ਮੇਰੇ ਕਵਰਿੰਗ ਕੈਂਡੀਡੇਟ ਵੀ ਨਹੀਂ ਹੋਣਗੇ ਹੂੰ ਪਹਿਲੀ ਵਾਰੀ ਮੈਂ ਉਹਨਾਂ ਤੋਂ ਆਸ਼ੀਰਵਾਦ ਲਿੱਤੇ ਬਿਨਾ ਆਪਣਾ ਚੋਣ ਕੈਂਪੇਨ ਸ਼ੁਰੂ ਕੀਤਾ ਤੇ ਸਭ ਤੋਂ ਜ਼ਿਆਦਾ ਭਾਵਕ ਸਮੇਂ ਮੇਰੇ ਵਾਸਤੇ ਹੁੰਦਾ ਜਦ ਮੈਂ ਉਹਨਾਂ ਦੇ ਹਲਕੇ 'ਚ ਜਾਂਦੀ ਆ ਮੈਂ ਪਰਸੋਂ ਉਹਨਾਂ ਦੇ ਹਲਕੇ ਤੇ ਮੈਂ ਬਾਦਲਪਿੰਡ ਤੋਂ ਸ਼ੁਰੂ ਕੀਤਾ ਤੇ ਜਿੰਨੇ ਪਿੰਡ ਕੱਡੇ ਮੈਂ ਹਰ ਪਿੰਡ 'ਚ ਮੈਂ ਰੋਈ ਤੇ ਮੇਰੇ ਨਾਲ ਸੰਗਤਾ ਰੋਈਆ ਬੀਬੀ ਵੀ ਰੋ ਰਹੀ ਮੈਨੂੰ ਭਾਵਕ ਲੱਗ ਰਹੀ ਹੈ ਬਿਲਕੁਲ ਬਿਲਕੁਲ ਤੁਸੀਂ ਮਿਸ ਕਰ ਰਹੇ ਹੋ ਉਹਨਾਂ ਨੂੰ ਮਿਸ ਐਜ਼ ਤੁਸੀਂ ਕਵਰਿੰਗ ਕੈਂਡੀਡੇਟ ਐਜ਼ ਅ ਫਾਦਰ ਐਜ਼ ਅ ਫਾਦਰ ਇਨ ਲਾ ਕਿਵੇਂ ਮਿਸ ਕਰ ਰਹੇ ਹੋ ਤੁਸੀਂ ਅੱਜ ਉਹਨਾਂ ਨੂੰ ਆਈ ਥਿੰਕ ਉਹਨਾਂ ਦੇ ਪ੍ਰੈਜ਼ੈਂਸ ਇੰਨੀ ਜਿਆਦਾ ਹੈ ਨਾ ਇਸ ਘਰ ਦੇ ਨਾਲ ਇਸ ਮਿੱਟੀ ਦੇ ਨਾਲ ਲੰਬੀ ਜੇ ਤਾਂ ਮੇਰੇ ਨਾਲ ਕਿਉਂ ਲੋਕੀ ਰੋਂਦੇ ਨੇ ਕਿਉਂਕਿ ਤਿੰਨ ਤਿੰਨ ਪੀੜੀਆਂ ਦੇ ਉਹਨਾਂ ਦੇ ਇਹੋ ਜਿਹਾ ਨਾਤਾ ਕਿ ਹਰ ਘਰ ਦੇ ਨਾਲ ਇੱਕ ਨਾਤਾ ਸਿਗਾ ਨਾਟ ਓਨਲੀ ਲੰਬੀ ਪਰ ਇੱਥੇ ਬਿਕੋਜ਼ ਗਿੱਦੜਵਾ ਪਹਿਲੇ ਲੜਦੇ ਰਹੇ ਸੋ ਬਠਿੰਡਾ ਰੂਰਲ ਚ ਗਿੱਦੜਵਾ ਚ ਲੰਬੀ ਮਲੋਟ ਤਾਂ ਇਹ ਸਾਰੇ ਪਰਿਵਾਰਿਕ ਉਹਨਾਂ ਦੇ ਨਾਲ ਉਹਨਾਂ ਦੇ ਬੱਚਿਆਂ ਤਾਂ ਹੀ ਉਹਨਾਂ ਦੇ ਬਜ਼ੁਰਗਾਂ ਤਾਂ ਹੀ ਹਰੇਕ ਤੇ ਨਾਲ ਪਛਾਣਦੇ ਸੀ ਜਾਣਦੇ ਸੀ ਤਕਲੀਫਾਂ एवरीवन ਇੱਕ ਕਹਾਣੀ ਸੀ ਇੱਕ ਨਾਤਾ ਸੀ ਇੱਕ ਪ੍ਰੇਮ ਹਰੇਕ ਦਾ ਸੀ ਤੇ ਬਾਦਲ ਸਾਹਿਬ ਇੱਕ ਇਹੋ ਜਿਹਾ ਇਨਸਾਨ ਸੀ ਜਿਹੜਾ ਬਹੁਤ ਸਾਰਾ ਪਿਆਰ ਅਟਰੈਕਟ ਕਰਦੇ ਸੀ ਕਦੇ ਕਿਸੇ ਨੂੰ ਮਾੜਾ ਨਹੀਂ ਬੋਲਣਾ ਭਾਵੇਂ ਵਿਰੋਧੀ ਵੀ ਹੋਏ ਕੋੜਾ ਬੋਲਣਾ ਕਿਸੇ ਨੇ ਨਹੀਂ ਸੁਣਿਆ ਸੋ ਬਿਲਕੁਲ ਇਹ ਸਹੀ ਹੈ ਕਿ ਲੰਬੀ ਜੇਤਾ ਜਿੱਥੇ ਜਾਈਏ ਉਹਨਾਂ ਦੀ ਖੁਸ਼ਬੂ ਉਹਨਾਂ ਦੀ ਰੂਹ ਮੈਂ ਕਹਿ ਸਕਦੀ ਆ ਕਿ ਲੋਕਾਂ ਦੀ ਅੱਖਾਂ 'ਚ ਉਹਨਾਂ ਦੀ ਰੂਹ ਮੈਂ ਦੇਖਦੀ ਆ ਮੈਂ ਐਕਚੁਅਲੀ ਇਸ ਥੋੜਾ ਜਿਹਾ ਸਵਾਲ ਨੂੰ ਇਸ ਨੂੰ ਹੋਰ ਲੈਣਾ ਚਾਹੂੰਗਾ ਪਿਛਲੇ 1 ਸਾਲ ਦੇ ਵਿੱਚ ਆਮ ਤੌਰ ਤੇ ਪਰਿਵਾਰਾਂ 'ਚ ਜਦੋਂ ਕੋਈ ਚਲਿਆ ਜਾਵੇ ਦੁਨੀਆ ਤੋਂ ਤਾਂ ਬਲੀਵ ਕਰਨਾ ਮੁਸ਼ਕਿਲ ਹੁੰਦਾ ਤੁਸੀਂ ਪਿਛਲੇ 1 ਸਾਲ 'ਚ ਡੈਫੀਨਿਟਲੀ ਉਹ ਚੀਜ਼ਾਂ ਹੁਣ ਸਮਝ ਆ ਗਈਆਂ ਕਿ ਦੁਨੀਆ ਹੁਣ ਉਹਨਾਂ ਤੋਂ ਬਿਨਾ ਹੀ ਚੱਲੇਗੀ ਉਹ ਪਿਛਲਾ 1 ਸਾਲ ਬਹੁਤ ਮੁਸ਼ਕਿਲ ਨਜ਼ਰ ਆ ਰਿਹਾ ਹੈ ਜਾਂ ਤੁਹਾਨੂੰ ਇਹ 1.5 ਤੋਂ 2 ਮਹੀਨੇ ਜਦੋਂ ਇਲੈਕਸ਼ਨ ਦੀ ਕੈਂਪੇਨ ਕਰਨੀ ਹੈ ਨਹੀਂ ਨਹੀਂ ਪਿਛਲਾ ਮੇਰੇ ਲਈ ਸਭ ਤੋਂ ਔਖਾ ਹੈ ਇਸ ਕਰਕੇ ਕਿਉਂਕਿ ਲਿਟਰਲੀ ਉਹ ਮੇਰੇ ਹੱਥਾਂ 'ਚੋਂ ਗਏ ਤਾਨੂੰ ਪਤਾ ਹੀ ਸੁਭੀਰ ਜੀ ਨੂੰ ਕਰੋਨਾ ਹੋ ਗਿਆ ਸੀਗਾ ਤਾਂ ਜਦੋਂ ਆਈ ਸੀ ਯੂ 'ਚ ਸੀਗੇ ਤੇ ਉਹਨਾਂ ਦਿਨ ਮੈਂ ਹੀ ਉਹਨਾਂ ਦੇ ਨਾਲ ਸੀ ਸੁਭੀਰ ਜੀ ਜਾ ਨਹੀਂ ਸਕਦੇ ਸੀ ਤੇ ਉਹਨਾਂ ਦੀ ਅਖੀਰਲੀ ਸਾਹ ਜਿਵੇਂ ਹੌਲੀ ਹੌਲੀ ਹੋ ਜਾ ਰਹੀ ਸੀ ਉਹ ਮੇਰੇ ਹੱਥਾਂ 'ਚ ਮੈਂ ਪਾਠ ਕਰ ਰਹੀ ਸੀ ਤਾਂ ਪਤਾ ਨਹੀਂ ਕੋਈ ਪੁਰਾਣਾ ਕੋਈ ਸੰਬੰਧ ਹੋਊਗਾ ਕਿ ਕਿਵੇਂ ਇਸ ਤਰ੍ਹਾਂ ਤੋਂ ਉਹ ਚੀਜ਼ ਭੁੱਲਣ ਨੂੰ ਨਾ ਮੈਂ ਭੁੱਲ ਪਾਂਦੀ ਸੀ ਨਾ ਮੇਰੇ ਬੱਚੇ ਬਹੁਤ ਮਹੀਨੇ ਤਾਈਂ ਇਸ ਘਰ 'ਚ ਜਦੋਂ ਵਾਪਸ ਆਈਏ ਕਿਉਂਕਿ ਜੋ ਵੀ ਆਂਦਾ ਸੀ ਪਹਿਲੇ ਉਹਨਾਂ ਦੇ ਕਮਰੇ 'ਚ ਜਾਣਾ ਹਰ ਸ਼ਾਮ ਨੂੰ ਉਹਨਾਂ ਦੇ ਨਾਲ ਬੈਠਣਾ ਸਵੇਰੇ ਜਾਣ ਤੋਂ ਪਹਿਲੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਾ ਸੋ ਇੱਕ ਕਰਦੀ ਰੁਟੀਨ ਸਾਰਾ ਉਹਨਾਂ ਦੇ ird-girdi ਸੀ ਕੋਈ ਆਖਰੀ ਸ਼ਬਦ ਉਹਨਾਂ ਦੇ ਹੋਣ ਜਿਹੜੇ ਤੁਹਾਨੂੰ ਯਾਦ ਹੋਣ ਮੈਂ ਪੋਲੀਟਿਕਲ ਵਾਲੇ ਪਾਸੇ ਆਉਂਗਾ ਪਰ ਮੈਂ ਥੋੜਾ ਜਿਹਾ ਕਿਉਂਕਿ ਸ਼ੁਰੂਆਤ ਉੱਥੇ ਹੀ ਕਰੀ ਐ ਤੁਹਾਨੂੰ ਜੋ ਅੱਜ ਵੀ ਤੁਹਾਡੇ ਕੰਨਾਂ 'ਚ ਗੂੰਜਦੇ ਹੋਣ ਕੋਈ ਲਾਈਨਾਂ ਕੋਈ ਕੋਈ ਗੱਲ ਉਹਨਾਂ ਦੀ ਨਹੀਂ ਜਿਹੜੀ ਚੀਜ਼ ਉਹ ਮੈਨੂੰ ਹਮੇਸ਼ਾ ਹੀ ਕਹਿੰਦੇ ਸੀ ਕਿ ਬੇਟਾ ਕਿਸੇ ਬਾ ਕਿਸੇ ਬਾਰੇ ਮਾੜਾ ਨਾ ਬੋਲਿਆ ਕਰੋ ਮਾੜਾ ਉਹ ਮੈਂ ਕਈ ਚੀਜ਼ਾਂ ਜਿਹੜਾ ਉਹਨਾਂ ਨੇ ਮੈਨੂੰ ساری ਉਮਰ ਕਿਹਾ ਇੱਕ ਤਾਂ ਮੈਨੂੰ ਕਹਿੰਦੇ ਸੀ ਘੱਟ ਬੋਲੋ ਚਲੋ ਉਹ ਤੋਂ ਮੈਂ ਸੀਰੀਅਸਲੀ ਲੈਂਦੀ ਨਹੀਂ ਲੇਕਿਨ ਹੁਣ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਉਹਨਾਂ ਦੀ ਜਿੰਨੇ ਸਾਰੇ ਉਹ ਮੈਨੂੰ ਐਡਵਾਈਸ ਦਿੰਦੇ ਸੀ ਜਾਂ ਉਹਨਾਂ ਦੇ ਗੁਣ ਸੀ ਜਿਹੜੀ ਚੀਜ਼ ਤੁਸੀਂ ਕਹਿੰਦੇ ਹੋ ਕਰਨਾ ਚਾਹੀ ਰੇ ਬੇਟਾ ਤੁਸੀਂ ਕਿਸੇ ਬਾਰੇ ਮਾਰਾ ਨਾ ਮਾੜਾ ਨਾ ਬੋਲਿਆ ਕਰੋ ਮੈਂ ਕਿਹਾ ਡੈਡੀ ਮਾੜਾ ਨਹੀਂ ਮੈਂ ਤਾਂ ਸਿਰਫ ਦੱਸ ਰਿਹਾ ਕਿ ਉਹ ਐ ਕਰ ਰਿਹਾ ਨਹੀਂ ਤੁਸੀਂ ਬੋਲੋ ਹੀ ਨਾ ਕੰਨਾਂ ਦੇ ਵੀ ਕੰਨ ਹੁੰਦੇ ਸੋਚੋ ਹੀ ਨਾ ਕਿਸੇ ਬਾਰੇ ਤੁਸੀਂ ਆਪਣਾ ਕਰੋ ਕਦੇ ਮੋਢਿਆਂ ਤੇ ਭਾਰ ਮਹਿਸੂਸ ਹੁੰਦਾ ਇੱਕ ਲੈਗਸੀ ਹੈ ਮਜੀਠੀਆ ਪਰਿਵਾਰ ਦੀ ਬਾਦਲ ਪਰਿਵਾਰ ਦੀ ਤੁਹਾਨੂੰ ਲੱਗਦਾ ਹੈ ਕਿ ਮੇਰੇ ਵੱਲੋਂ ਬੋਲੀ ਗਈ ਕੋਈ ਇੱਕ ਲਾਈਨ ਕੁਝ ਐਸੀ ਕੰਟਰੋਵਰਸੀ ਨਾ ਕ੍ਰੀਏਟ ਕਰ ਦਵੇ ਜਾਂ ਮਤਲਬ ਜਿਸ ਪਰ ਮੈਨੂੰ ਪਛਤਾਵਾ ਨਾ ਹੋਵੇ ਹਮੇਸ਼ਾ ਰਹਿੰਦਾ ਉਹ ਦਿਮਾਗ ਦੇ ਵਿੱਚ ਬੋਝ ਲੱਗਦਾ ਹੈ ਕਈ ਵਾਰ ਕਿਵੇਂ ਕਿਵੇਂ ਉਹਨੂੰ ਹੈਂਡਲ ਕਰਦੇ ਨੇ ਨਹੀਂ ਬਾਦਲ ਸਾਹਿਬ ਦੇ ਹੁੰਦੇ ਤੋਂ ਬਹੁਤ ਇਹਦਾ ਮੇਰੇ ਉੱਤੇ ਪ੍ਰੈਸ਼ਰ ਹੁੰਦਾ ਸੀ ਕਿ ਮੇਰੇ ਵੱਲੋਂ ਕੋਈ ਇਹੋ ਜੀ ਚੀਜ਼ ਨਾ ਬੋਲੀ ਜਾਏ ਜਿਹਦੇ ਨਾਲ ਇਹਨਾਂ ਦੀ ਸਖਸ਼ੀਅਤ ਨੂੰ ਕੋਈ ਠੇਸ ਪਹੁੰਚੇ ਜੀ ਕਿਉਂਕਿ ਇਹ ਇਹਨੇ ਇੰਨੀ ਜ਼ਿਆਦਾ ਉਹਨਾਂ ਦੀ ਰਿਸਪੈਕਟ ਸੀ ਪਾਰਲੀਮੈਂਟ 'ਚ ਵੀ ਮੇਰੇ ਉੱਤੇ ਆ ਬੋਝ ਹੁੰਦਾ ਸੀ ਕੰਸਟਿਟੂਐਂਸੀ ਜਦੋਂ ਸ਼ੁਰੂ-ਸ਼ੁਰੂ 'ਚ ਤਾਂ ਬਹੁਤ ਜ਼ਿਆਦਾ ਪਰ ਉਹ ਹਮੇਸ਼ਾ ਪਰ ਉਹਨਾਂ ਤੇ ਜਾਨ ਤੋਂ ਬਾਅਦ ਹੁਣ ਬੋਝ ਨਹੀਂ ਮੈਂ ਕਵਾਂਗੀ ਇੱਕ ਮੋਟੀਵੇਸ਼ਨ ਹੈਗੀ ਜੀ ਕਿ ਜਿਸ ਉਹ ਸੀਗੇ ਜਿਵੇਂ ਉਹ ਵਿਚਰੇ ਉਸ ਤਰ੍ਹਾਂ ਆਪਾਂ ਵੀ ਹੰਡਾਈਏ ਲੋਕਾਂ ਦੇ ਨਾਲ ਉਹ ਜਿਹੜਾ ਪਿਆਰ ਦੀ ਕਮਾਈ ਇਹ ਸਮੁੰਦਰ ਸਾਨੂੰ ਇੱਕ ਵਿਰਾਸਤ ਛੇ ਦੇ ਕੇ ਗਏ ਨੇ ਜੀ ਇਹਨੂੰ ਸੰਭਾਲੀਏ ਸੰਭਾਲੀਏ ਕਿਵੇਂ ਉਹਨਾਂ ਦੀ ਤਰ੍ਹਾਂ ਬਣ ਕੇ ਚਲੋ ਉਹਨਾਂ ਦੀ ਡੈਫੀਨਿਟਲੀ ਇੱਕ ਬਹੁਤ ਵੱਡਾ ਨਾਮ ਹੈ ਜਿਹੜਾ ਹਮੇਸ਼ਾ ਤੁਹਾਡੇ ਨਾਲ ਜੁੜਿਆ ਹੈ ਔਰ ਜੁੜਿਆ ਰਹੇਗਾ ਮੈਂ ਹੁਣ ਥੋੜਾ ਜਿਹਾ ਪੋਲਿਟੀਕਲ ਵਾਲੇ ਪਾਸੇ ਆਵਾਂ 2009 14 19 24 ਇਸ ਵਾਰ ਦਾ ਇਲੈਕਸ਼ਨ ਟਫੈਸ ਸਮਝਦੇ ਹੋ ਜਾਂ ਕਿਹੜਾ ਇਲੈਕਸ਼ਨ ਤੁਹਾਨੂੰ ਲੱਗਦਾ ਕਿ ਹਾਂ ਟਫੈਸ ਤੁਹਾਡੇ ਲਈ ਰਿਹਾ ਹੈ ਜਾਂ ਰਹਿ ਸਕਦਾ ਮੈਂ ਤੁਹਾਨੂੰ ਓਨੈਸਟਲੀ ਦੱਸਾਂ ਮੈਨੂੰ ਆਪਣੇ ਫਰਸਟ ਇਲੈਕਸ਼ਨ ਤੇ ਇਸ ਇਲੈਕਸ਼ਨ ਵਿੱਚ ਬਹੁਤ ਜਿਆਦਾ ਸਿਮਿਲਰਿਟੀਆਂ ਦਿਖ ਰਹੀਆਂ ਨੇ ਮੈਨੂੰ ਲੱਗਦਾ ਹੈ ਕਿ ਟਫੈਸ ਨਹੀਂ ਉਹ ਪਹਿਲੇ ਵਾਲੇ ਜਿਵੇਂ ਮੈਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਥੇ ਆਊਟ ਆਫ ਮਾਈ 9 ਕੰਸਟੀਟੂਐਂਸੀਜ਼ ਜੀ ਸੱਤ ਵਿੱਚ ਕਾਂਗਰਸ ਐਮ ਐਲ ਏ ਸੀਗੇ ਤੇ ਰਣੇਂਦਰ ਸਿੰਘ ਇੱਥੇ ਦਾ ਆਈ ਥਿੰਕ ਯੂਥ ਦਾ ਡਿਸਟ੍ਰਿਕਟ ਪ੍ਰਧਾਨ ਸੀਗਾ 2009 ਟੂ 2009 ਹਾਂਜੀ ਸੋ ਆਪਣੇ ਸਿਰਫ ਦੋ ਐਮ ਐਲ ਏ ਸੀ ਤਾਂ ਨਾ ਮੈਨੂੰ ਪਤਾ ਸੀ ਐਮ ਐਲ ਏ ਦੀ ਕੀ ਹੈ ਕੀ ਨਹੀਂ ਹੈਗਾ ਕੁਝ ਪਤਾ ਹੀ ਨਹੀਂ ਸੀਗਾ ਬਟ that time ਸਾਰੇ ਕੇੰਦਰ ਸੀ 50000 ਤੋਂ ਪਿੱਛੇ ਹੋ ਇਹਨਾਂ ਹੀ ਪਤਾ ਸੀ ਕਿ 50000 ਤੋਂ ਪਿੱਛੇ ਹੋ ਹੁਣ 30000 ਤੋਂ ਪਿੱਛੇ ਹੋ ਸੋ ਪਰ ਰਿਜ਼ਲਟ ਨਿਕਲੇ ਆ ਤਾਂ অলਮੋਸਟ ਸਵਾ ਲੱਖ ਅੱਗੇ ਸੀਗੇ ਜੀ ਸੋ ਮੈਨੂੰ ਤਾਂ ਉਸ ਇਲੈਕਸ਼ਨ ਤੇ ਇਹ ਸਭ ਮੈਂ ਦੇਖਦੀ ਸੀ ਕਿ ਜਾ ਰਹੇ ਆ ਪਰ ਦੂਜੇ ਵਿਰੋਧੀ ਕਿੱਥੇ ਨੇ ਉਹਨਾਂ ਦੇ ਕਿੱਥੇ ਟੈਂਟ ਲੱਗੇ ਨੇ ਉਹਨਾਂ ਦਾ ਇਕੱਠ ਕਿੱਥੇ ਹੋ ਰਿਹਾ ਕੁਝ ਦਿਸਦਾ ਹੀ ਨਹੀਂ ਸੀ ਹੂੰ ਸੋ ਮੈਨੂੰ ਤਾਂ ਉਹਦੇ ਨਾਲ ਕਾਫੀ ਸਿਮਿਲੈਰਿਟੀਆਂ ਇਸ ਵਾਰੀ ਦਿਸਰੀਆਂ ਨੇ ਜਦੋਂ ਤੁਸੀਂ 2009 ਦੇ ਵਿੱਚ ਜਿੱਤੇ ਉਸ ਟਾਈਮ ਤੁਸੀਂ 9 ਦੇ ਵਿੱਚੋਂ 7 ਹਲਕੇ ਜਿੱਤ ਗਏ 2 ਹਾਰੇ ਜਦੋਂ ਤੁਸੀਂ 2014 ਦੇ ਵਿੱਚ ਜਿੱਤੇ ਉਸ ਸਮੇਂ ਤੁਸੀਂ 6 ਹਲਕੇ ਜਿੱਤ ਗਏ 9 ਦੇ ਵਿੱਚੋਂ 3 ਹਾਰੇ ਜਦੋਂ ਤੁਸੀਂ 2019 ਚ ਜਿੱਤੇ ਉਸ ਟਾਈਮ ਤੁਸੀਂ 5 ਹਲਕੇ ਜਿੱਤੇ 4 ਹਾਰ ਗਏ ਇਹ ਇੱਕ ਇੱਕ ਪੈਟਰਨ ਨਜ਼ਰ ਆ ਰਿਹਾ ਹੈ ਕਿ ਟਫ ਹੁੰਦੀ ਗਈ ਤੁਹਾਡੇ ਲਈ ਫਾਈਟ ਇਸ ਵਾਰ ਜੇ ਉਸੀ ਪੈਟਰਨ ਨੂੰ ਦੇਖਿਆ ਤਾਂ ਇਸ ਵਾਰੀ ਹੋਰ ਟਫ ਹੋ ਸਕਦੀ ਹੈ ਆਈ ਥਿੰਕ ਉਸ ਤਰ੍ਹਾਂ ਦੇਖਿਆ ਜਾਏ ਤਾਂ ਹੁਣ ਅਸੀਂ ਇਕੱਲੇ ਲੜ ਰਹਿਆਂ ਚਾਰ ਪਾਰਟੀਆਂ ਮੇਰੇ ਖਿਲਾਫ ਲੜ ਰਹੀਆਂ ਨੇ ਸੋ ਇਹ ਪਹਿਲੀ ਵਾਰੀ ਡਾਇਰੈਕਟ ਸਿਰਫ ਕਾਂਗਰਸ ਦਾ ਸਾਡੀ ਲੜਾਈ ਸੀ ਦੂਜੀ ਵਾਰੀ ਆਪੀਪੀ ਕਹਿ ਲਓ ਆਮ ਆਦਮੀ ਕਹਿ ਲਓ ਉਹ ਵੀ ਇਕੱਠੀ ਹੋ ਗਈ ਸੀ ਤੀਜੀ ਵਾਰ ਸਰਕਾਰ ਵੀ ਉਹਨਾਂ ਦੀ ਸੀ ਉਹ ਵੀ ਇਕੱਠੇ ਸੀ ਹੁਣ ਵੀ ਇਹਨਾਂ ਦਾ ਫ੍ਰੈਂਡਲੀ ਮੈਚ ਚੱਲ ਰਿਹਾ ਹੈ ਸੋ ਇਹਨਾਂ ਚੀਜ਼ਾਂ ਦੇ ਤਾਂ ਆਪਾਂ ਆ ਗਏ ਐ ਅਲਿਗੇਸ਼ਨਸ ਤੁਹਾਡੇ ਤੇ ਲੱਗ ਰਹੇ ਆ ਕਹਿੰਦੇ ਤੁਸੀਂ ਫ੍ਰੈਂਡਲੀ ਮੈਚ ਅਕਾਲੀ ਦਲ ਨੇ ਬਣਾ ਲਿਆ ਬਠਿੰਡਾ ਤੇ ਸੰਗਰੂਰ ਨੂੰ ਕਿਵੇਂ ਕਿ ਇੱਥੇ ਜਿਹੜਾ ਕਾਂਗਰਸ ਨੇ ਕੈਂਡੀਡੇਟ ਦਿੱਤਾ ਉਹ ਉਹਨਾਂ ਨੂੰ ਲੈ ਕੇ ਬਹੁਤ ਕਾਂਗਰਸ ਨੂੰ ਸਵਾਲ ਪੁੱਛੇ ਜਾ ਰਹੇ ਆ ਕਿ ਥੋੜਾ ਹਲਕਾ ਜਾਂ ਤੁਸੀਂ ਕਹੋ ਕਿ ਉਸ ਤਰੀਕੇ ਨਾਲ ਫੇਸ ਨਹੀਂ ਹੈ ਜਿਵੇਂ ਤੁਸੀਂ 2009 ਚ ਰਣਿੰਦਰ ਸਿੰਘ ਨੂੰ ਫੇਸ ਕੀਤਾ 14 ਦੇ ਵਿੱਚ ਮਨਪ੍ਰੀਤ ਬਾਦਲ ਨੂੰ ਫੇਸ ਕੀਤਾ 2019 ਚ ਰਾਜਾ ਵੜਿੰਗ ਨੂੰ ਫੇਸ ਕੀਤਾ ਤ aí ਚਰਚਾ ਹੋ ਰਹੀ ਹੈ ਕਿ ਇੱਕ ਇੱਕ ਅਕਾਲੀ ਦਲ ਨੇ ਸੈਟਿੰਗ ਕਰ ਲਈ ਫ੍ਰੈਂਡਲੀ ਫ੍ਰੈਂਡਲੀ ਮੈਚ ਹੈ ਕਿ ਬਸ ਢੰਡਾ ਨਾ ਰਹੀ ਹੈ ਨਹੀਂ ਨਹੀਂ ਇਹ ਤਾਂ ਜਵਾਬ ਕਾਂਗਰਸ ਦੇ ਸਕਦੇ ਨਾ ਉਹਨਾਂ ਦੇ ਤੋਂ ਪੋਸਟਰ ਵੀ ਲੱਗ ਲੱਗੇ ਸੀਗੇ ਵੜੇ ਸਾਬ ਇਹ ਗੱਲ ਨਹੀਂ ਤੁਸੀਂ ਸੰਗਰੂਰ ਦੇ ਵਿੱਚ ਨਹੀਂ ਉਸ ਤਰੀਕੇ ਦਾ ਕੈਂਡੀਡੇਟ ਉਤਾਰਿਆ ਖਾਸ ਤੌਰ ਤੇ ਢੀਂਗਸਾ ਸਾਹਿਬ ਨੂੰ ਲੈ ਕੇ ਗੱਲ ਹੋ ਰਹੀ ਹੈ ਕਿ ਸੰਗਰੂਰ ਇੱਥੇ ਦੀ ਇੱਕ ਤਰੀਕੇ ਨਾਲ ਸੈਟਿੰਗ ਕਰਨ ਦੀ ਕੋਸ਼ਿਸ਼ ਹੈ ਪਹਿਲੀ ਗੱਲ ਤਾਂ ਅਕਾਲੀ ਦਲ ਨੇ ਜ਼ਿੰਦਗੀ 'ਚ ਕਦੇ ਸੈਟਿੰਗ ਕੀਤੀ ਨਹੀਂ ਜੋ ਲੜਦੇ ਆ ਸਟ੍ਰੇਟ ਫਾਰਵਰਡ ਹੋ ਕੇ ਲੜਦੇ ਆ ਜੇ ਸੈਟਿੰਗ ਕਰਨੀ ਹੁੰਦੀ ਤਾਂ ਇਹਨਾਂ ਦੀ ਤਰ੍ਹਾਂ ਪਾਰਟੀ ਬਦਲ ਲਓ ਹਲਕ ਸੂਬੇ ਦੀ ਰਾਜਧਾਨੀ 'ਚ ਇਕੱਠੇ ਹੋ ਜਾਓ ਤਾਂ ਕਹੋ ਸੂਬੇ 'ਚ ਅਸੀਂ ਆਡਾ ਸੋ ਅਕਾਲੀ ਦਲ ਇਸ ਪੋਲਿਟਿਕਸ 'ਚ ਕਰਦਾ ਨਹੀਂ ਆਪਾਂ ਸਟ੍ਰੇਟ ਫਾਰਵਰਡ ਸਾਡੀ ਪੋਲਿਟਿਕਸ ਹੈ ਜਿੱਥੇ ਸੰਗਰੂਰ ਦੇ ਕੈਂਡੀਡੇਟ ਦੀ ਗੱਲ ਹੈ ਮੇਰਾ ਖਿਆਲ ਹੈ ਤਕਰੀਬਨ ਸਾਲ ਪਹਿਲੇ 8-9 ਮਹੀਨੇ ਪਹਿਲੇ ਸੁਖਵੀਰ ਜੀ ਨੇ ਆਲਰੇਡੀ ਕੈਂਡੀਡੇਟ ਨੂੰ ਝੁੰਡਾ ਸਾਹਿਬ ਨੂੰ ਕਹਤਾ ਸੀ ਕਿ ਇੱਥੋਂ ਤੁਸੀਂ ਲੜਨਾ ਤੁਸੀਂ ਤਿਆਰੀ ਕਰੋ ਹੀ ਵਾਸ ਔਨ ਗਰਾਉਂਡ ਝੁੰਡਾ ਸਾਹਿਬ ਦੇ ਤਾਂ ਬਹੁਤ ਬਾਅਦ ਰੋ ਜਾ ਕੇ ਬੜੀ ਰੀਸੈਂਟਲੀ ਉਹ ਗੱਠਜੋੜ ਹੋਇਆ ਤਾਂ ਉਹ ਤਾਂ ਕਦੋਂ ਤੋਂ ਹੀ ਕੈਂਪੇਨ ਕਰ ਰਹੇ ਸੀ ਸਾਰੀ ਪਾਰਟੀ ਨੂੰ ਪਤਾ ਸੀ ਵਰਕਰਸ ਨੂੰ ਪਤਾ ਸੋ ਆਈ थिंक ਇਹ ਸਵਾਲ ਸੋ ਬੇਜੀਏ ਪਰ ਕੋਈ ਸੈਟਿੰਗ ਨਹੀਂ ਹੈ ਇਹ ਤਾਂ ਮੈਂ ਤੁਹਾਨੂੰ ਵਿਸ਼ਵਾਸ ਨਾਲ ਕਹਿ ਸਕਦੀ ਹਾਂ ਨਹੀਂ ਦੇਖੋ ਨਵਜੋਤ ਸਿੱਧੂ ਬਹੁਤ ਜ਼ਿਕਰ ਕਰਦੇ ਰਹੇ 75 25 80 20 ਵਾਲਾ ਤਾਂ ਉਸੇ ਪੁਆਇੰਂਟ ਦੇ ਉੱਤੇ ਜਾ ਕੇ ਲੋਕ ਫਿਰ ਤੁਹਾਨੂੰ ਤੇ ਕਾਂਗਰਸ ਨੂੰ ਲੈ ਕੇ ਸਵਾਲ ਕਰ ਰਹੇ ਇਸ ਕਰਕੇ ਮੈਂ ਪੁੱਛਿਆ ਕਿ ਤੁਸੀਂ ਫ੍ਰੈਂਡਲੀ ਮੈਚ ਕਹਿ ਰਹੇ ਹੋ ਉਹ ਤੁਹਾਡੇ ਤੇ ਅਲੀਗੇਸ਼ਨ ਲਗਾਉਣੇ ਕਿ ਤੁਸੀਂ ਬਠਿੰਡਾ 'ਚ ਬੜਾ ਫ੍ਰੈਂਡਲੀ ਮੈਚ ਫਿਕਸ ਕੀਤਾ ਨਹੀਂ ਨਹੀਂ ਪਹਿਲੇ ਬਠਿੰਡਾ ਖਸਦਾਨਾਂ ਦੀ ਐਂਟਰੀ ਹੋ ਗਈ ਕਿ ਬੋਰਡ ਕੱਟਣ ਨੂੰ ਪਿਛਲੀ ਵਾਰ ਸੁਖਪਾਲ ਖਹਿਰਾ ਸੀ ਇਸ ਵਾਰੀ ਲੱਖਾ ਸਦਾਨਾ ਹੈਗਾ ਮਤਲਬ 4-5 ਕੋਰਨਰ ਨਾ ਫਾਈਟ ਹੋ ਗਈ ਵਿਚ ਇਸ ਦ ਦੇ ਜਿਹੜਾ ਆਪਾਂ ਤਾਂ ਨਹੀਂ ਉਹਨਾਂ ਨੂੰ ਲੈ ਕੇ ਆਏ ਨਾ ਨਾ ਆਪਾਂ ਖੈਰਾ ਸਾਹਿਬ ਨੂੰ ਬੁਲਾਇਆ ਨਾ ਆਪਾਂ ਸਿਧਾਨਾ ਸਾਹਿਬ ਨੂੰ ਬੁਲਾਇਆ ਪਰ ਤੁਸੀਂ ਦੇਖੋ ਜਿਹੜੀ ਮੇਜਰ ਤਿੰਨ ਪਾਰਟੀਆਂ ਹੈਗੀਆਂ ਉਹ ਵੀ ਵੱਡੀ ਵੱਡੀ ਨੈਸ਼ਨਲ ਪਾਰਟੀਆਂ ਉਹਨਾਂ ਨੂੰ ਆਪ ਦੇ ਸਾਰੇ ਕਾਡਰ ਨੂੰ ਛੱਡ ਕੇ ਅਕਾਲੀ ਦਲ ਦੇ ਹੀ ਬੰਦੇ ਮਿਲੇ ਹੂੰ ਕਾਂਗਰਸ ਨੂੰ ਦੇਖ ਲਓ ਜਿਨ੍ਹਾਂ ਨੂੰ 4 ਮਹੀਨੇ ਪਹਿਲਾਂ ਅਕਾਲੀ ਦਲ ਨੇ ਕੱਢਿਆ ਤੁਸੀਂ ਪ੍ਰਧਾਨ ਦੀ ਫੋਟੋ ਉਟੋ ਲਗਾ ਦੀ ਉਹਦਾ ਪਰਿਵਾਰ ਕੈਂਪੇਨ ਕਰ ਰਹਾ ਉਹਨਾਂ ਦੀ ਟਿਕਟ ਕੱਟ ਕੇ ਉਹਨਾਂ ਨੇ ਕੀ ਸੈਟਿੰਗ ਕੀਤੀ ਉਹ ਤਾਂ ਉਹ ਹੀ ਦੱਸ ਸਕਦੇ ਚਰਚਾਵਾਂ ਤਾਂ ਬਹੁਤ ਹੈਗੀਆਂ ਤੇ ਤੁਸੀਂ ਅਕਾਲੀ ਦਲ ਦਾ ਬੰਦਾ ਖੜਾ ਕਰੋ ਕਿਉਂ ਤਾਕਿ ਅਕਾਲੀ ਦਲ ਦੀ ਵੋਟਾਂ ਨੂੰ ਖੋਰਾ ਲਾਏ ਭਾਜਪਾ ਤਾਂ ਜਿੰਨੂੰ ਮਰਜ਼ੀ ਖਰੀਦ ਕੇ ਖੜਾ ਕਰ ਰਹੀ ਹੈ ਕਿਉਂ ਅਕਾਲੀ ਦਲ ਦੇ ਪਰਿਵਾਰ ਤੋਂ ਇੱਕ ਮਾਰ ਫੇਰ ਤਾਂ ਕਿ ਅਕਾਲੀ ਦਲ ਦੇ ਕਿਉਂਕਿ ਮੇਰਾ ਹਲਕਾ ਸਾਹਮਦੇ ਸੀਗੇ ਤੇ ਝਾੜੂ ਨੂੰ ਵੀ ਤੁਸੀਂ ਦੇਖ ਲਓ ਕਿ ਜਿਹੜਾ ਬਾਦਲ ਸਾਹਿਬ ਦਾ ਗੜ ਮੰਨਿਆ ਜਾਂਦਾ ਉਹਦਾ ਪਰਿਵਾਰਕ ਹਲਕਾ ਜਿਹੜਾ ਹੈਗਾ ਉਥੋਂ ਮੰਤਰੀ ਨੂੰ ਖੜਾ ਕਰੋ ਤਾਂ ਕਿ ਉਹ ਉੱਥੇ ਮੰਤਰੀ ਤੇ ਸਰਕਾਰ ਦੇ ਦਬਦਬੇ ਨਾਲ ਉੱਥੇ ਅਕਾਲੀ ਦਲ ਦੇ ਵਰਕਰਾਂ ਨੂੰ ਸੋ ਇਹ ਸਾਰੇ ਇਕੱਠੇ ਨੇ ਇੱਕੋ ਨਿਸ਼ਾਨੇ ਦੇ ਨਾਲ ਜਿਹੜੇ ਪਿਛਲੇ ਤਿੰਨ ਇਲੈਕਸ਼ਨਾਂ ਚ ਤਕੜੀ ਨੂੰ ਤੇ ਵਾਦਾ ਨੂੰ ਹਰਾਣਾ ਸਿੰਪਲ ਮੈਂ ਐਕਚੁਅਲੀ ਉਹੀ ਸਵਾਲ ਪੁੱਛ ਰਿਹਾ ਸੀਗਾ ਕਿ ਵੋਟਾਂ ਕਹਿੰਦੇ ਪੋਲਿਟਿਕਸ ਦਾ ਇਹ ਵੀ ਇੱਕ ਤਰੀਕਾ ਹੁੰਦਾ ਜਿੱਤਣ ਦਾ ਕਿ ਤੁਸੀਂ ਵੋਟਾਂ ਉਸ ਤਰੀਕੇ ਨਾਲ ਕੱਟ ਦੋ ਤਾਂ ਇੱਕ ਜਿਹੜੀਆਂ ਤੁਹਾਡੀ ਐਨਟੀ ਅਕਾਲੀ ਦਲ ਵੋਟ ਹੈ ਉਹ ਬਿਖਰ ਜਾਵੇ ਔਰ ਤੁਹਾਨੂੰ ਉਸ ਦਾ ਫਾਇਦਾ ਹੋ ਜਾਵੇ ਤੁਸੀਂ ਆਲਰੇਡੀ ਆਨਸਰ ਕਰ ਚੁੱਕੇ ਹੋ ਪਰ ਮੈਂ ਇਹਦੇ ਵਿੱਚ ਥੋੜਾ ਜਿਹਾ ਐਡ ਕਰਾਂ ਇੱਥੇ ਕੰਸੋਲਿਡੇਸ਼ਨ ਹੈ ਟੂ ਬ੍ਰੇਕ ਅਕਾਲੀ ਵੋਟਸ ਕਨਸੋਲਿਡੇਸ਼ਨ ਅਲੱਗ-ਅਲੱਗ ਕਨਸੋਲਿਡੇਸ਼ਨ ਆਫ ਆਲ 3 ਪਾਰਟੀਆਂਸ ਓਨਲੀ ਟੂ ਡਿਵਾਈਡ ਅ ਕਾਲੀ ਵੋਟ ਐਕਚੁਅਲੀ ਉਹਨਾਂ ਦੇ ਵਿੱਚ ਡਿਸਟ੍ਰਿਬਿਊਟ ਹੋ ਸਕਦੀ ਹੈ ਨਾ ਇਹ ਇਹ ਬੜੀ ਚਰਚਾ ਹੈ ਕਿ ਲਖਸਧਾਨਾ ਲੈ ਜਾਏਗਾ ਬੂਡ ਲਖਸਧਾਨਾ ਮੋੜ ਤੋਂ ਆਜ਼ਾਦ ਉਮੀਦਵਾਰ ਆਜ਼ਾਦ ਉਮੀਦਵਾਰ ਵੋਟਾਂ ਲੈ ਗਿਆ ਉਹਦਾ ਹੀ ਕੈਨ ਟੇਕ ਆਫ ਐਵਰੀ ਪਾਰਟੀ ਉਹ ਆਜ਼ਾਦ ਉਮੀਦਵਾਰ ਦੀ ਕੋਈ ਕਾਡਰ ਤੋਂ ਹੁੰਦਾ ਨਹੀਂ ਹੈਗਾ ਉਹ ਤਾਂ ਸਾਰੀ ਪਾਰਟੀਆਂ ਦਾ ਲੈ ਕੇ ਜਾਂਦੇ ਨੇ ਲੇਕਿਨ ਜਿਹੜੇ ਪਾਰਟੀ ਦੀ ਕਾਡਰ ਹੁੰਦੀ ਹੈ ਉਹਨਾਂ ਨੂੰ ਤੁਸੀਂ ਦੇਖੋ ਬੰਦੇ ਇਹੋ ਜਿਹੇ ਖੜੇ ਕੀਤੇ ਨੇ ਜਿਨ੍ਹਾਂ ਦੇ ਅਕਾਲੀ ਲਿੰਕਸ ਹੈਗੇ ਜਾਂ ਬਾਦਲ ਸਾਹਿ ਇਟ ਇਜ਼ ਵੈਰੀ ਕਲੀਅਰ ਕਿ ਕਨਸੋਲਿਡੇਸ਼ਨ ਆਪੋਜੀਸ਼ਨ ਦੀ ਹੋਈ ਹੈ ਇੱਕ ਮੋਟਿਵ ਦੇ ਨਾਲ ਇੱਕ ਅਜੰਡੇ ਦੇ ਨਾਲ ਫ੍ਰੈਂਡਲੀ ਮੈਚ ਹੋ ਰਿਹਾ ਕਿ ਸਾਡੇ ਵਿੱਚੋਂ ਜੋ ਮਰਜ਼ੀ ਇਹਨਾਂ ਨੂੰ ਹਰਾਣਾ ਹੈ ਸੋ ਇਹ ਇਥੇ ਹਰਾਉਣ ਵਾਸਤੇ ਆਏ ਨੇ ਮੈਂ ਕੰਮ ਕਰਨ ਵਾਸਤੇ ਆਈਆਂ ਅੱਛਾ ਤੁਸੀਂ ਜੀਤ ਮਹਿੰਦਰ ਸਿੱਧੂ ਜਿਹੜੇ ਇਸ ਸਮੇਂ ਤੁਹਾਡੇ ਸਾਹਮਣੇ ਕੈਂਡੀਡੇਟ ਕਾਂਗਰਸ ਨੇ ਬਣਾ ਦਿੱਤੇ ਬੜੀ ਚਰਚਾ 2014 ਦੀ ਉਹਨਾਂ ਨੂੰ ਲੈ ਕੇ ਹੋ ਰਹੀ ਹੈ ਕਿ 2014 ਦੇ ਵਿੱਚ ਬਿਲਕੁਲ ਟਾਈਮ ਤੇ ਆ ਕੇ ਐਂਟਰੀ ਉਹਨਾਂ ਦੀ ਅਕਾਲੀ ਦਲ ਦੇ ਵਿੱਚ ਹੁੰਦੀ ਹੈ ਔਰ ਬਿਲਕੁਲ ਪਾਸਾ ਬਲਟ ਗਿਆ ਉਸ ਸਮੇਂ ਇਲੈਕਸ਼ਨ ਦੇ ਵਿੱਚ ਕਿ 11-12 ਹਜ਼ਾਰ ਬੂਟ ਦੀ ਲੀਡ ਤੁਸੀਂ ਉਹਨਾਂ ਤੇ ਇਸ ਕਰਕੇ ਜਿਹੜੀ 19000 ਵੋਟਾਂ ਨਾਲ ਤੁਹਾਡੀ ਜਿੱਤ ਹੋ ਗਈ। ਇਸ ਵਾਰ ਬਿਲਕੁਲ ਇਲੈਕਸ਼ਨ ਤੋਂ ਕੁਝ ਮਹੀਨੇ ਪਹਿਲਾਂ ਉੱਧਰ ਗਏ ਕਾਂਗਰਸ ਨੇ ਉਹਨਾਂ ਨੂੰ ਕੈਂਡੀਡੇਟ ਬਣਾ ਦਿੱਤਾ। ਉਹ ਵੀ ਇੱਕ ਟਾਸਕ ਹੈ। ਮਲੂਕਾ ਪਰਿਵਾਰ ਬੇਸ਼ੱਕ ਮਲੂਕਾ ਸਾਹਿਬ ਤੁਹਾਡੇ ਨਾਲ ਹੋਣ ਅਕਾਲੀ ਦਲ ਦੇ ਵਿੱਚ ਹੁਣ ਪਰ ਉਹਨਾਂ ਦੇ ਬੇਟੇ ਉਹਨਾਂ ਦੀ ਡਾਟਰ ਇਨ-ਲॉ ਤੁਹਾਡੇ ਅਗੇਂਸਟ ਇਨਫੈਕਟ ਕੈਂਡੀਡੇਟ ਹੈ। ਸੋ ਪਹਿਲੀ ਗੱਲ ਤਾਂ ਉਹਨਾਂ ਦੇ ਬੇਟੇ ਆ ਡਾਟਰ ਇਨ-ਲॉ ਦਾ ਕੋਈ ਪੋਲਿਟੀਕਲ ਬੇਸ ਤਾਂ ਹੈ ਨਹੀਂ ਬੇਸ ਤਾਂ ਮਲੂਕਾ ਸਾਹਿਬ ਦਾ ਹੈਗਾ। ਉਹ ਉਹਨਾਂ ਦੀ ਜੇ ਕੋਈ ਰੈਲੇਵੈਂਸ ਹੈ ਬਿਕਾਉਜ਼ ਫਾਦਰ ਸਾਹਿਬ ਦੀ ਮਲੂਕਾ ਸਾਹਿਬ ਦੀ ਜਿਹੜੀ ਪੋਲੀਟੀਕਲ ਕਮਾਈ ਹੈ ਉਸ ਕਰਕੇ ਹੈਗਾ ਸੋ ਆ ਡੋਨਟ ਵਾਂਟ ਟੂ ਗੈਟ ਇਨਟੂ ਏਸ ਇਟਸ ਕਲੀਅਰ ਕਿ ਮਲੂਕਾ ਪਰਿਵਾਰ ਨੂੰ ਏਸ ਕਰਕੇ ਦਿੱਤਾ ਗਿਆ ਤਾਂ ਕਿ ਮਲੂਕਾ ਸਾਹਿਬ ਜੋ ਅਕਾਲੀ ਦਲ ਦੇ ਨਾਲ ਜਿਹੜੇ ਲਿੰਕਸ ਹੈ ਉਹ ਲਿੰਕਸ ਅਕਾਲੀ ਦਲ ਦੇ ਇਹਨਾਂ ਨੂੰ ਬੈਨੀਫਿਟ ਹੈ ਬਹੁਤ ਐਕਟਿਵ ਨਜ਼ਰ ਨਹੀਂ ਆ ਰਹੇ ਮਲੂਕਾ ਸਾਹਿਬ ਤੁਹਾਡੀ ਕੈਂਪੇਨ ਦੇ ਦੌਰਾਨ ਸਿਕੰਦਰ ਸਿੰਘ ਬਲੁਕਾ ਤੁਸੀਂ ਦੇਖੋ ਜੇ ਬੱਚੇ ਬਾਗੀ ਹੋ ਜਾਂਦੇ ਨੇ ਅਸੀਂ ਉਹ ਸੋਸਾਇਟੀ ਤੋਂ ਬਿਲੋਂਗ ਕਰਦੇ ਹਾਂ ਜਿੱਥੇ ਵੱਡਿਆਂ ਦੀ ਰਿਸਪੈਕਟ ਕੀਤੀ ਜਾਂਦੀ ਬੱਚੇ ਆਖੇ ਲੱਗਦੇ ਨੇ ਲੇਕਿਨ ਜਦ ਨੂਆ ਪੋਤੀ ਮਤੇ ਦੇਣ ਲੱਗ ਜਾਣ ਤੇ ਫਿਰ ਉਹਨਾਂ ਨੇ ਤਾਂ ਆਪਣਾ ਦੁੱਖੜਾ ਕਹੀ ਤਾਂ ਕਿ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਸੋ ਤੁਹਾਡੇ ਲਈ ਟਾਸਕ ਹੋਊਗਾ ਉਹਨਾਂ ਦੇ ਮਤਲਬ ਜਿਹੜੇ ਉਹਨਾਂ ਦੇ ਨਾਲ ਲੋਕ ਜੁੜੇ ਹੋਏ ਆ ਐਕਚੁਅਲੀ ਉਹ ਨਹੀਂ ਦੇਖੇ ਰਹਾ ਤਾਂ ਹੈਗੇ ਨਹੀਂ ਕਿ ਜੋ ਤੁਹਾਡੇ ਲਈ ਐਕਟਿਵ ਨਹੀਂ ਹੈਗੇ ਤਾਂ ਇਟ ਡਸਨਟ ਮੀਨ ਕਿ ਉਹ ਉਹਨਾਂ ਦੇ ਲਈ ਵੀ ਐਕਟਿਵ ਹੀ ਆ ਫਿਰ ਬਹੁਤ ਐਕਟਿਵਲੀ ਉਹਨਾਂ ਦੇ ਲਈ ਕੰਮ ਨਹੀਂ ਕਰ ਰਹੇ ਹੋਣਗੇ ਹੋ ਸਕਦਾ ਹੈ ਕਿ ਅੰਦਰ ਖਾਤੇ ਹੋਣ ਮਤਲਬ ਪੋਲਿਟਿਕਸ ਹੈ ਕੁਝ ਵੀ ਪੋਸਿਬਿਲਿਟੀ ਹੈ ਅੰਦਰ ਖਾਤੇ ਕੌਣ ਕੀ ਕਰ ਰਿਹਾ ਹੈ ਇਹ ਗੱਲਾਂ ਪੋਲਿਟਿਕਸ 'ਚ ਅੰਦਰ ਖਾਤੇ ਰਹਿੰਦੀ ਨਹੀਂ ਐ ਬਾਹਰ ਆ ਜਾਂਦੀਆਂ ਨੇ ਜੀ ਇਹ ਕਿਸੇ ਦੇ ਉੱਤੇ ਫੋਨ ਕੀਤਾ ਹੈ ਪ੍ਰੈਸ਼ਰ ਕੀਤਾ ਉਹ ਗੱਲ ਨਾਲ ਦੀ ਨਾਲ ਬਾਹਰ ਆ ਜਾਂਦੀ ਹੈ ਜੀ ਲੇਕਿਨ ਆਈ ਥਿੰਕ ਮਲੂਕਾ ਸਾਹਿਬ ਵੀ ਇਸ ਗੱਲ ਨੂੰ ਸਮਝਦੇ ਨੇ ਕਿ ਇਸ ਪਾਰਟੀ ਦੇ ਨਾਲ ਉਹਨਾਂ ਜਿੰਨਾ ਪੁਰਾਣਾ ਸੰਬੰਧ ਹੈਗਾ ਤੇ ਜਿੰਨਾ ਪਾਰਟੀ ਨੇ ਉਹਨਾਂ ਨੂੰ ਮਾਨ ਦਿੱਤਾ ਜਿਵੇਂ ਉਹ ਪਾਰਟੀ ਦੇ ਨਾਲ ਖੜੇ ਤੇ ਅੱਜ ਇਹ ਬੱਚਿਆਂ ਦੇ ਖਾਤਰ ਉਹਨਾਂ ਨੂੰ ਆਪਣੀ ਸਾਰੀ ਕਮਾਈ ਦੇ ਉੱਤੇ ਮਿੱਟੀ ਕਰਨ ਨੂੰ ਬੱਚੇ ਮਜਬੂਰ ਕਰ ਰਹੇ ਨੇ ਓਬਵੀਅਸਲੀ ਮਜਬੂਰੀ ਚ ਹੈ ਉਹਨਾਂ ਨੂੰ ਜੋ ਫੈਸਲਾ ਚੱਕਣਾ ਪਊਗਾ ਮਜਬੂਰੀ ਚ ਹੀ ਚੱਕਣਾ ਪਊਗਾ ਨਾ ਦਿਲੋਂ ਤੋਂ ਨਹੀਂ ਉਹ ਤਾਂ ਹੀ ਤਾਂ ਕਾਲੀ ਦਲ ਚ ਅਜੇ ਵੀ ਬੈਠੇ ਨੇ ਦੇਸਪਾਈਟ ਕਿ ਘਰ ਚ ਇਹ ਨਾ ਰੋਲਾ ਪਿਆ ਹੋਏ ਲੰਬੀ ਮੈਂ ਚੈੱਕ ਕਰ ਪਰ ਇਸ ਤੋਂ ਪਹਿਲੇ ਮੈਂ ਵੀ ਕਹਿਣਾ ਚਾਹਾਂਗੇ ਕਿ ਤੁਸੀਂ ਇਹਨਾਂ ਦੀ ਤਾਂ ਗੱਲ ਕੁਝ ਨਹੀਂ ਲੇਕਿਨ ਜੀਤਮੈਂਦਰ ਜੀ ਵੀ ਦੀ ਪੁੱਛ ਲੋ ਕਿ ਮੈਂ ਐਕਚੁਅਲੀ ਉਹੀ ਕੀ ਤਲਵੰਡੀ ਤੇ ਮੋੜ ਤੋਂ ਉਹ ਐਮ ਐਲ ਏ ਬਣਦੇ ਰਹੇ ਆ ਔਰ ਮੈਂ ਪਹਿਲਾਂ ਜ਼ਿਕਰ ਕੀਤਾ ਕਿ 2014 ਦੇ ਵਿੱਚ ਆਇਆ ਇਹ ਚਰਚਾ ਹੋਈ ਕਿ ਉਹਨਾਂ ਦੀ 11-12 ਹਜ਼ਾਰ ਦੀ ਲੀਡ ਆ ਗਈ ਔਰ ਤੁਸੀਂ ਉਸ ਦੇ ਬਾਅਦ ਉਸ ਲੀਡ ਦੇ ਬਾਅਦ ਨਾ ਉਹ ਖੁਦ ਜਿੱਤੇ ਨੇ ਦੋ ਇਲੈਕਸ਼ਨਾਂ ਦਾ ਨਾ ਮੈਂ ਜਿੱਤੀਆਂ ਬੇਸਿਕਲੀ ਤੁਸੀਂ ਸੋਚੋ ਕਿ ਹਲਕੇ ਦੇ 500 ਮੋਤਵਾਰ ਵਰਕਰਸ ਨੇ ਆ ਕੇ ਸੁਖਵੀਰ ਜੀ ਦੇ ਸਾਹਮਣੇ ਧਰਨਾ ਮਾਰਿਆ ਕਿ ਅਸੀਂ ਇੱਥੇ ਬੈਠਿਆ ਰਾਤ ਨੂੰ ਵੀ ਇੱਥੇ ਰਵਾਂਗੇ ਜਦੋਂ ਤੱਕ ਤੁਸੀਂ ਜਾਂ ਇਹਨੂੰ ਕੱਢੋ ਜਾਂ ਸਾਨੂੰ ਕੱਢੋ ਮਤਲਬ ਇੰਨੀ ਨੈਗੇਟਿਵਿਟੀ ਸੀ ਕਿ ਚੰਡੀਗੜ੍ਹੋਂ ਨਿਕਲ ਕੇ ਹਲਕੇ 'ਚ ਹੀ ਨਹੀਂ ਆਂਦੇ ਸੀ ਮਾੜਾ ਰੁੱਖਾ ਬੋਲਦੇ ਸੀਗੇ 35000 ਵੋਟ ਲੈ ਗਏ ਧੰਨਵਾਦ ਵਕਰਾਂ ਤੱਕ ਨਹੀਂ ਕਰਨਾ ਹੈ ਸੋ ਨਾ ਮੈਨੂੰ ਹਲਕੇ ਚ ਜਾਣ ਦਿੰਦੇ ਸੀ ਨਾ ਖੁੱਦ ਰਹਿੰਦੇ ਸੀ ਤੋ ਤੁਹਾਨੂੰ ਹੈਰਾਨੀ ਹੋਊਗੀ ਕਿ ਗ੍ਰਾਂਟ ਦੇਣ ਵਾਸਤੇ ਵੀ ਮਿੰਤਾ ਕਰਨੀਆਂ ਪੈਂਦੀ ਸੀ ਵੀ ਤੁਹਾਡੇ ਹਲਕੇ ਦੀ ਜਿਹੜੀ ਗ੍ਰਾਂਟ ਹੈ ਕਿਸੇ ਦਾ ਭਲਾ ਹੋ ਜਾਊਗਾ ਕਿਸੇ ਦੀ ਗਲੀ ਬਣ ਜਾਏਗਾ ਲੋੜ ਨਹੀਂ ਜੇ ਕਿਸੇ ਦੇ ਸੁੱਖ ਦੋਖ ਅਕਾਲੀ ਵਕਰ ਲੋੜ ਨਹੀਂ ਜੇ ਉਹਨਾਂ ਦੇ ਹਲਕੇ ਚ ਚਲਾ ਜਾਉ ਤਾਂ ਉਹਨਾਂ ਨੂੰ ਪ੍ਰੋਬਲਮ ਜੇ ਕੋਈ ਵਕਰ ਆਪਣੇ ਕੋਲ ਤਾਂ ਨਾ ਹੋ ਸੋ ਵਰਕਰਸ ਐਨੇ ਦੁਖੀ ਹੋ ਗਏ ਸੀ ਅਕਾਲੀ ਦਲ ਨੂੰ ਤਾਂ ਖਤਮ ਕਰਕੇ ਰੱਖਦਾ ਸੀ ਮੈਨੂੰ ਲੱਗਦਾ ਜਿਹੜੀ ਪਾਰਟੀ 'ਚ ਗਏ ਨੇ ਉਹ ਕਾਂਗਰਸੀਆਂ ਨੂੰ ਜਿਆ ਪਤਾ ਨਹੀਂ ਕਿ ਇਹ ਨਾਲ ਹੀ ਜੜਾ ਪਟਕੇ ਰੱਖਦੇ ਨਹੀਂ ਕਿਉਂਕਿ ਉਹਨਾਂ ਦੀ ਪੋਲਿਟਿਕਸ ਪੋਜ਼ਿਟਿਵ ਪੋਲਿਟਿਕਸ ਨਹੀਂ ਹੈ ਹਮ ਸਬ ਆਈ ਮੀ ਮਾਈ ਸੈਲਫ ਮੇਰੇ ਤਾਈ ਤੁਸੀਂ ਕੋਈ ਪਾਰਟੀ ਦੀ ਤਾਂ ਗੱਲ ਹੀ ਨਹੀਂ ਹੁੰਦੀ ਸੋ ਉਹ ਤਾਂ ਮੈਂ ਕਹਿੰਦੀ ਆ ਕਿ ਲੋਕਾਂ ਨੇ ਉਹਨਾਂ ਨੂੰ ਕਢਵਾਇਆ ਤੇ ਫਿਰ ਕਾਂਗਰਸ ਇੰਨੀ ਵੱਡੀ ਪਾਰਟੀ ਨੂੰ ਅਕਾਲੀ ਦਲ ਤੋਂ ਕੱਢਿਆ ਹੋਇਆ ਬੰਦਾ ਉਹੀ ਲੈਣਾ ਪਿਆ तो इट्स क्लियर कि ਇਹਨਾਂ ਦਾ ਕੀ ਜਿਹੜਾ ਤੁਹਾਡੇ ਲਈ ਆਸਾਨ ਕਰਦਾ ਨਾ ਕਾਂਗਰਸ ਨੇ ਕਿ ਜੇ ਅਮ੍ਰਿਤਾ ਵੜਿੰਗ ਸਾਹਮਣੇ ਹੁੰਦੇ ਤਾਂ ਸ਼ਾਇਦ ਨਹੀਂ ਨਹੀਂ ਮੈਂ ਤਾਂ ਆਈ ਵਾਸ ਨੋ ਨੋ ਟਾਸਕ ਕਿ ਮੈਂ ਤਾਂ ਵੇਟ ਕਰ ਰਹੀ ਸੀ ਕਿ ਉਹ ਆਣ ਕਿਉਂਕਿ 5 ਸਾਲ ਪਹਿਲੇ ਆਏ ਸੀਗੇ ਉਹਦੇ ਬਾਅਦ ਉਹਨਾਂ ਦੀ ਸਰਕਾਰ ਬਸਾ ਦੇ ਮੰਤਰੀ ਬਣੇ ਮੁੜ ਕੇ ਨਾ ਉਹਨਾਂ ਨੇ ਮੂੰਹ ਦਿਖਾਇਆ ਨਾ ਉਹਨਾਂ ਦੇ ਪਰਿਵਾਰ ਨੇ ਦਿਖਾਇਆ ਤਾਂ ਲੋਕੀ ਤਾਂ ਵੇਟ ਕਰ ਰਹੇ ਸੀਗੇ ਮੇਰੇ ਲਈ ਤਾਂ that would have been best ਕੈਂਡੀਡੇਟ ਹੈ ਮੈਨੂੰ ਤਾਂ ਬੜਾ ਦੁੱਖ ਹੋਇਆ ਕਿ ਭੱਜ ਕਿਉਂ ਗਏ ਲੁਧਿਆਣੇ ਮੈਂ ਤਾਂ ਵੀ ਕਿਹਾ ਸੀਗਾ ਕਿ ਭੱਜ ਨਾ ਰਾਜਾ ਜੀ ਉਹਨੇ ਇੱਥੇ ਜ਼ਰੂਰ ਲੜਨ ਤੁਹਾਨੂੰ ਲੱਗਦਾ ਕਿ ਰਾਜਾ ਜੀ ਜ ਉਹ ਇੱਕ ਤਰੀਕੇ ਨਾਲ ਇਸ ਹਲਕੇ ਨੂੰ ਛੱਡ ਕੇ ਭੱਜ ਗਏ ਉਹ ਕਹਿੰਦੇ ਸੀ ਕਿ ਮੈਂ ਆਲਰੇਡੀ ਐਮਐਲਏ ਹਾਂ ਤਾਂ ਮੈਂ ਪੈਨ ਪੰਜਾਬ ਦੇਖਣਾ ਸੀ ਹੁਣ ਮੈਨੂੰ ਉੱਪਰੋਂ ਕਾਲ ਆ ਗਈ ਤਾਂ ਮੈਂ ਲੁਧਿਆਣਾ ਲੜ ਰਿਹਾ ਆ ਗੱਲਾਂ ਹੈਗੀਆਂ ਸਾਰੀ ਕਾਲ ਆ ਗਈ ਕਿ ਐਡਜਸਟਮੈਂਟ ਹੋ ਗਈ ਉਹਨਾਂ ਦੇ ਤਾਂ ਜੱ ਲੜੇ ਸੀ ਸਰਕਾਰ ਸੀ ਸਰਕਾਰ ਦੇ ਬਲਬੂਤੇ 'ਚ ਲੜੇ ਸੀਗੇ ਅੱਜ ਸਰਕਾਰ ਨਹੀਂ ਹੈਗੀ ਤਾਂ ਇਹ ਲੜਨ ਦਾ ਜਗੜਾ ਹੀ ਨਹੀਂ ਹੈਗਾ ਅੱਛਾ ਚਲੋ ਮੈਂ ਉਹਨਾਂ ਦੇ ਨਾਲ ਜੁੜੇ ਇੱਕ ਸਵਾਲ ਪੁੱਛ ਲਵਾਂ ਮੈਂ ਉਹਨਾਂ ਨੂੰ ਇੰਟਰਵਿਊ ਕਰ ਰਿਹਾ ਸੀਗਾ ਕਹਿੰਦੇ ਮੇਰੇ ਤੋਂ ਲਿਖ ਕੇ ਲੈ ਲਓ ਬਠਿੰਡਾ ਹਰਸਿਮਰਤ ਕੌਰ ਬਦਲਹਾਰ ਉਹਨਾਂ ਦੇ ਲਿਖਣ ਦੇ ਨਾਲ ਕੀ ਹੁੰਦਾ ਤੇ ਲੋਕੀ ਡਿਸਾਈਡ ਕਰਨਗੇ ਕੀ ਆ ਡਿਸਾਈਡ ਕਰਨਗੇ ਕੌਨਫੀਡੈਂਟਲੀ ਉਹ ਕਹਿ ਰਹੇ ਹਾਂ ਕਿ ਇਸ ਵਾਰ ਜੋ ਪਿਛਲੀ 3 ਵਾਰ ਨਹੀਂ ਹੋਇਆ ਇਸ ਵਾਰ ਹੋਏਗਾ ਚਲੋ 4 ਤਰੀਕ ਨੂੰ ਉਹਨਾਂ ਨੂੰ ਹੀ ਪਤਾ ਲੱਗ ਜਾਊਗਾ ਆਪਦੀ ਆਪਣੀ ਸੀਟ ਤੇ ਫਿਕਰ ਕਰਨ ਬਟ ਢਿੰਡੇ ਦੇ ਲੋਕੀ ਬਟ ਢਿੰਡੇ ਦੀ ਫਿਕਰ ਕਰਨਗੇ ਠੀਕ ਹੈ ਤੁਸੀਂ ਡੈਫੀਨਿਟਲੀ ਤੁਸੀਂ ਵੀ ਕੌਨਫੀਡੈਂਟ ਹੋਵੋਗੇ ਆਪਣੀ ਜਿੱਤ ਨੂੰ ਲੈ ਕੇ ਮੈਂ ਲੰਬੀ ਵਾਲੀ ਸੀਟ ਦੇ ਉੱਤੇ ਆਵਾਂ ਹਰਸਿਮਰਤ ਜੀ ਅਜੇ ਹਾ ਕੀ ਹੋਇਆ ਕਿ ਤੁਸੀਂ 2009 ਦਾ ਇਲੈਕਸ਼ਨ ਹੈ ਇਨਫੈਕਟ ਉਸ ਤੋਂ ਪਹਿਲਾਂ ਵੀ 2009 2012 ਦੀ ਅਸੈਂਬਲੀ ਆਈ ਫਿਰ ਜੋੜ ਆਇਆ 17 ਆਇਆ 19 ਆਇਆ 22 ਆਇਆ 4 9 ਤੋਂ ਲੈ ਕੇ ਮੈਂ 19 ਤੱਕ ਜ਼ਿਕਰ ਕਰਾਂ ਲੰਬੀ ਦੇ ਵਿੱਚ ਤੁਹਾਡੀ ਲੀਡ ਜ਼ਬਰਦਸਤ ਰਹੀ ਹੈ 22 ਚ ਅਜਿਹਾ ਕੀ ਹੋ ਗਿਆ ਕਿ ਉਹ ਹਲਕਾ ਵੀ ਤੁਹਾਡੇ ਹੱਥੋਂ ਚਲਾ ਗਿਆ ਮਤਲਬ ਮੌਜੂਦਾ ਸਮੇਂ ਦੇ ਵਿੱਚ 9 ਦੇ 9 ਹਲਕਿਆਂ 'ਚ ਅਕਾਲੀ ਦਲ ਨਹੀਂ ਹੈ ਜਿਹੜਾ ਸਾਰੇ ਪੰਜਾਬ 'ਚ ਹੋਇਆ ਹੂੰ ਬੇਸਿਕਲੀ ਤੁਸੀਂ ਜੇ ਆਖੜੇ ਕੱਢ ਕੇ ਦੇਖੋ ਕਿ ਕਾਂਗਰਸ ਨੂੰ ਕਿੰਨੇ ਲੱਖ ਵੋਟ ਪੈਂਦੀ ਸੀਗੀ ਤੇ ਹੁਣ ਕਿੰਨੀ ਪਈ ਜਿਹੜਾ ਕਾਂਗਰਸ ਦਾ ਵੋਟਰ ਸੀਗਾ ਉਹ ਕਾਂਗਰਸ ਦੇ 5 ਸਾਲ ਦੇ ਝੂਠੇ ਲਾਲ ਘਰ ਘਰ ਨੌਕਰੀ ਕਰਜ਼ਾ ਮਾਫੀ ਗੁਟਕਾ ਸਾਫ ਦੀ ਸੋਆਂ ਐਂ ਉਹਨਾਂ ਦੀ ਮਿਸ ਗਵਰਨੈਂਸ ਤੋਂ ਇੰਨਾ ਦੁਖੀ ਸੀਗਾ ਕਿ ਕਾਂਗਰਸ ਡਿਡ ਨਾਟ ਵਾਂਟ ਕਿ ਕਾਂਗਰਸ ਵਾਪਸ ਆਏ ਸੋ ਇਹ ਨਵਾਂ ਬਦਲਾਵ ਦੀ ਵੱਡੀ ਵੱਡੀ 1000 ਰੁਪਏ ਦੇ ਦੇਂਗੇ ਹਰ ਮਹੀਨੇ ਤੇ ਆਮ ਬੰਦਿਆ ਨੂੰ ਕੋਈ ਘਰ ਨਹੀਂ ਕੋਈ ਕੋਠੀ ਨਹੀਂ ਕੋਈ ਸਿਕਿਉਰਿਟੀ ਨਹੀਂ ਵੀਆਈਪੀ ਕਲਚਰ ਖਤਮ ਕਿਸ ਤਰ੍ਹਾਂ ਤੁਹਾਡੇ ਵਿੱਚ ਸਤਾ ਤੋਂ ਸਰਕਾਰ ਚੱਲੂਗੀ ਮੈਂ ਇਨਾ ਵੱਡਾ ਸਾਰਾ ਝੂਠ ਮਾਰਿਆ ਸਾਰਾ ਸੋ ਲੋਕਾਂ ਨੂੰ ਆ ਕੀ ਬਈ ਬਦਲਾਵ ਦੇਖ ਲਈਏ ਤੇ ਤੁਸੀਂ ਜੇ ਵੋਟ ਸ਼ੇਰ ਦੇਖੋ ਪੂਰੇ ਕਾਂਗਰਸ ਦੀ ਕਾਂਗਰਸ ਦੇ ਚਾਂਗੋਂ ਬਾਦਲ ਸਾਹਿਬ ਦੇ ਹਲਕੇ ਚ ਲੰਬੀ ਚ ਜਿੱਥੇ ਕਾਂਗਰਸ 40 45 50000 ਦੀ ਵੋਟ ਲੈ ਕੇ ਜਾਂਦੀ ਸੀ ਉਹ 11000 ਚ ਰੁਕ ਗਈ ਤੁਹਾਡੇ ਜਿਹੜੇ ਪਿਛਲੀ ਵਾਰ ਦਾ ਹਲਕੇ ਆ ਉਹਨਾਂ ਦੇ ਵਿੱਚੋਂ ਤੁਸੀਂ ਤਲਵੰਡੀ ਹਾਰੇ ਹੋ ਤੁਸੀਂ ਮਾਨਸਾ ਹਾਰੇ ਹੋ ਮੈਂ ਲੋਕ ਸਭਾ ਦਾ ਜ਼ਿਕਰ ਕਰ ਰਿਹਾ ਹਾਂ ਮਤਲਬ ਚਾਰ ਹਲਕੇ ਉਹਦੇ ਵਿੱਚ ਤਰਦੂਲਗੜ ਵੀ ਹੈ ਇੱਕ ਤਾਂ ਮਾਨਸਾ ਡਿਸਟ੍ਰਿਕਟ ਥੋੜਾ ਜਿਹਾ ਤੁਹਾਡੇ ਲਈ ਟਫ ਟਾਸਕ ਰਿਹਾ ਇਨਫੈਕਟ ਮਾਨਸਾ ਦੀ ਸਪੈਸ਼ਲਿਸਟ ਸੀਟ ਤੁਸੀਂ ਤਿੰਨੋਂ ਇਲੈਕਸ਼ਨਾਂ ਦੇ ਵਿੱਚ ਨਹੀਂ ਜਿੱਤੇ ਕੋਈ ਸਪੈਸ਼ਲ ਸਟਰੈਟਜੀ ਹੈ ਉਸ ਦੇ ਲਈ ਮੈਂ ਮਾਨਸਾ ਇਸ ਕਰਕੇ ਵੀ ਜ਼ਿਕਰ ਕਰ ਰਿਹਾ ਹਾਂ ਕਿਉਂਕਿ ਇਹ ਇਲੈਕਸ਼ਨ ਦੇ ਵਿੱਚ ਜਿਹੜਾ 5 ਸਾਲ ਚ ਚੀਜ਼ ਬਦਲੀ ਹੈ ਉਹ ਸਿੱਧੂ ਮੁਸੇਵਾਲਾ ਦਾ ਅਨਫੋਰਚਨਟਲੀ ਡਿਮਾਈਸ ਹੋਈ ਹੈ ਨਹੀਂ ਮਾਨਸਾ ਇੱਕ ਬਹੁਤ ਹੀ ਪੰਜਾਬ ਦਾ ਵੀ ਪਿਛੜਿਆ ਹੋਇਆ ਹਲਕਾ ਮੰਨਿਆ ਜਾਂਦਾ ਸੀ ਉੱਥੇ ਥੋੜਾ ਕਮਿਨਿਸਟ ਦਾ ਦਬ ਦਬਾ ਵੀ ਰਹਿੰਦਾ ਸੀਗਾ ਉਹ ਐਂਟੀ ਸਟੈਬਲਿਸ਼ਮੈਂਟ ਵੀ ਉੱਥੇ ਸਭ ਤੋਂ ਜ਼ਿਆਦਾ ਮੂਵਮੈਂਟਸ ਆਪਣੀ ਕਿਸਾਨੀ ਦੀ ਵੀ ਉੱਥੋਂ ਹੀ ਸ਼ੁਰੂ ਹੁੰਦੀਆਂ ਨੇ ਸੋ ਇਹ ਚੀਜ਼ਾਂ ਜ਼ਰੂਰ এডਿਕੇਸ਼ਨ ਪੱਖੋਂ ਹੈਲਥ ਪੱਖੋਂ ਬਿਕੋਜ਼ ਇਟ ਵਾਸ ਬੈਕਵਰਡ ਇਸ ਕਰਕੇ ਆਈ थिंक ਉਹਤੇ এনवायरमेंट ਵੀ ਕੁਝ ਹੋਰ ਤਰੀਕੇ ਦੀ ਸੀ ਜਿਹਦੇ ਕਰਕੇ ਮੈਂ ਕੁੜੀਆਂ ਦਾ ਫਰਸਟ ਗਰਲਸ ਕਾਲਜ ਮਾਨਸਾ ਚ ਉਹ ਵੀ ਮੈਂ ਬਣਾਇਆ ਜੱਚਾ ਬਚਾ ਹਸਪੀਟਲ ਵੀ ਅਸੀਂ ਬਣਾਇਆ ਥਰਮਲ ਪਲਾਂਟ ਵੀ ਇਹ ਸਭ ਬਹੁਤ ਸਾਰੇ ਕੰਮ ਸ਼ੁਰੂਆਤ ਬਠਿੰਡੇ ਤੋਂ ਕਰਕੇ ਆਪਾਂ ਸੋਚਿਆ ਨਹੀਂ ਸੀ ਕਿ ਸਾਰੇ ਜੇ ਬਦਲ ਜਾਊਗੇ ਕਿਉਂਕਿ ਇੱਥੇ 베ਸ ਕਰਕੇ ਅੱਗੇ ਵੀ ਹਟ ਸਟਾਰਟਡ ਕਿ ਮਾਨਸਾ ਚ ਮੈਂ ਥੋੜਾ ਜਿਹਾ ਕਿਸਾਨੀ ਦੇ ਉੱਪਰ ਹੀ ਆਜਮਾ ਐਗਰੀ ਲਾਅ ਨੂੰ ਲੈ ਕੇ ਤੁਸੀਂ ਆਲਰੇਡੀ ਬਹੁਤ ਵਾਰੀ ਆਨਸਰ ਕਰ ਚੁੱਕੇ ਹੋ ਪਰ ਮੇਰਾ ਸਵਾਲ ਇਹ ਹੈ ਕਿ ਤੁਸੀਂ ਐਗਰੀ ਲਾਅਸ ਬਾਰੇ ਤੁਹਾਨੂੰ ਐਗਜੈਕਟਲੀ ਕਦੋਂ ਪਤਾ ਲੱਗਿਆ ਆਰਡੀਨੈਂਸ ਨੂੰ ਮਤਲਬ ਮੈਂ ਇਹ ਜਾਨਣਾ ਚਾਹ ਰਿਹਾ ਕਿ ਬਾੱਕੀ ਹੀ ਤੁਹਾਨੂੰ ਪਹਿਲੀ ਵਾਰ ਚ ਸਮਝ ਆ ਗਿਆ ਸੀ ਕਿ ਕੀ ਹੋ ਰਿਹਾ ਹੈ ਜਿਹੜੇ ਤਿੰਨ ਖੇਤੀ ਕਾਨੂੰਨ ਆ ਰਹੇ ਨੇ ਤੁਹਾਡੇ ਤੇ ਬਹੁਤ ਅਲੀਗੇਸ਼ਨਸ ਲੱਗਦੇ ਨੇ ਕਿ ਤੁਸੀਂ ਇਨੀਸ਼ੀਅਲੀ ਉਸ ਨੂੰ ਓਕੇ ਕੀਤਾ ਤੁਸੀਂ ਉਸ ਟਾਈਮ ਮਨਿਸਟਰ ਸੀ ਸੈਂਟਰ ਦੇ ਵਿੱਚ ਤੁਸੀਂ ਬਾਅਦ ਚ ਰਿਜ਼ਾਈਨ ਕੀਤਾ ਅਕਾਲੀ ਦਲ ਦਾ ਘੜਜੂ ਟੁੱਟਿਆ ਪਰ ਐਗਜ਼ੈਕਟਲੀ ਹਰਸਿਮਰਤ ਕੌਰ ਬਾਦਲ ਨੂੰ ਕਦੋਂ ਪਤਾ ਲੱਗਿਆ ਕਿ ਆ ਚੀਜ਼ ਹੋ ਗਈ ਦੇਖੋ ਰਿਕਾਰਡ ਕੱਢ ਕੇ ਦੇਖ ਲਓ ਇਹ ਜਿਹੜੇ ਆਰਡੀਨੈਂਸ ਆਏ ਮੇਰਾ ਖਿਆਲ ਸ਼ਾਇਦ 2 ਜੂਨ ਦੀ ਤਾਰੀਖ ਸੀਗੀ ਉਸ ਸਾਲ ਦੀ 2020 ਦੀ ਜਦ ਕੈਬਨਟ ਮੀਟਿੰਗ 'ਚ ਇੱਕ ਟੇਬਲ ਦਾ ਆਈਟਮ ਸੀਗੇ ਜੀ ਇਹ ਸਰਕੂਲੇਟ ਆਲਵੇਸ ਕੈਬਨਟ ਨੋਟ ਸਰਕੂਲਰ ਥੁੰਦੇ ਨੇ ਇੱਕ ਦੋ ਦਿਨ ਪਹਿਲੇ ਤਾਂ ਕਿ ਮੰਤਰੀ ਸਾਰੇ ਪੜ ਲੈਣ ਠੀਕ ਹੈ ਪਰ ਕਿਉਂਕਿ ਚਰਚਾ ਵਿੱਚ ਸੀਗੇ ਮੈਂ बार-बार ਮੰਤਰੀ ਨੂੰ ਪੁੱਛ ਰਹੀ ਸੀ ਮੈਂ ਕਿਹਾ ਅੱਜ ਆ ਰਿਹਾ ਹੈ ਵੈਡਨਸਡੇਸ ਨੂੰ ਮੀਟਿੰਗ ਹੁੰਦੀ ਸੀ ਆ ਰਿਹਾ ਆ ਰਿਹਾ ਕਹਿੰਦੇ ਪਤਾ ਨਹੀਂ ਪੀਐਮਓ 'ਚ ਗਿਆ ਕਦ ਕਦ karenge 6 ਮਹੀਨੇ ਸੇ ਗਿਆ ਹੋਇਆ ਸੋ ਕੁਝ ਪਤਾ ਨਹੀਂ ਆ ਰਹੇ ਨੇ ਨਹੀਂ ਆ ਰਹੇ ਨੇ ਇਕਦਮ ਸਵੇਰੇ ਉੱਥੇ ਜਦ ਮੀਟਿੰਗ 'ਚ ਗਏ ਮੈਂ ਉਹਦੇ ਟੇਬਲ ਡਾਟਾ ਦੇਖਿਆ ਲੱਕੀਲੀ ਕਿਉਂਕਿ ਮੈਨੂੰ ਇਹਦੇ ਬਾਰੇ ਕੁਝ ਉਸ ਟਾਈਮ ਮੂਵਮੈਂਟ ਵਗੈਰਾ ਤਾਂ ਕੋਈ ਨਹੀਂ ਸੀਗੀ ਨਹੀਂ ਪਰ ਕਿਉਂਕਿ ਮੈਂ ਇਹਦੇ ਬਾਰੇ ਆਈ ਵਾਸ ਆਨ ਟਾਪ ਆਫ ਥਿੰਗਸ ਕਿ ਹਾਂ ਕੋਈ ਇਸ਼ੂ ਹੈਗਾ ਸੋ ਉਹਨੂੰ ਜਦ ਟੇਬਲ ਹੈ ਤਾਂ ਉਹਨੂੰ ਪੜਨ ਦੀ ਕੋਸ਼ਿਸ਼ ਕੀਤੀ ਹੁਣ ਤਿੰਨ ਬਿਲਸ ਨੂੰ ਤੁਸੀਂ ਕਿੰਨੀ ਛੇਤੀ ਪੜ ਸਕਦੇ ਹੋ ਇਹਨਾਂ ਕੈਬਿਨੇਟ ਮੀਟਿੰਗ ਇਹਨੇ ਮोटे-ਮोटे ਜਿਹੇ ਸਕੇ ਸੋ ਐਨੀਵੇ ਜਿੰਨਾ ਕੁ ਮੈਨੂੰ ਸਮਝ ਆਇਆ ਮੈਂ ਉੱਥੇ ਮੀਟਿੰਗ 'ਚ ਬਤੌਰ ਇੱਕ ਵਾਰੀ ਨਹੀਂ ਤਿੰਨ ਵਾਰੀ ਸਾਰਾ ਕੁਝ ਸਮਝਾਇਆ ਕਿ ਇਹਦਾ ਬਹੁਤ ਵੱਡਾ ਵਿਰੋਧ ਲੋਕੀ ਸਮਝਦੇ ਨੇ ਕਿ ਉਹਨਾਂ ਦੀਆਂ ਜ਼ਮੀਨਾਂ ਲੈ ਲਿੱਤੀਆਂ ਜਾਣਗੀਆਂ ਮੈਂ ਬਾਰ-ਬਾਰ ਕਿਹਾ ਕਿ ਤੁਸੀਂ ਇੱਕ ਵਾਰੀ ਕਿਸਾਨਾਂ ਦੇ ਨਾਲ ਮੀਟਿੰਗ ਕਰਕੇ ਤਾਂ ਇਹਨੂੰ ਪਾਰਲੀਮੈਂਟ 'ਚ ਲੈ ਕੇ ਆਓ ਤੇ ਮੈਨੂੰ ਇਹ ਅਸ਼ੋਰੈਂਸ ਵੀ ਦਿੱਤੀ ਗਈ ਕਿ ਪਾਰਲੀਮੈਂਟ 'ਚ ਅਸੀਂ ਜਦ ਲਾਵਾਂਗੇ ਇਹਨੂੰ ਕਿਉਂਕਿ ਆਰਡੀਨੈਂਸ ਹਰ ਸਾਲ ਬਥੇਰੇ ਬੰਦੇ ਲੈਪਸ ਹੋ ਜਾਂਦੇ 6 ਮਹੀਨੇ ਦੇ ਅੰਦਰ ਜੇ ਪਾਰਲੀਮੈਂਟ 'ਚ ਪਾਸ ਨਾ ਹੋਣ ਜੀ ਸੋ ਹਜ਼ਾਰਾਂ ਆਰਡੀਨੈਂਸ ਲੈਪਸ ਹੁੰਦੇ ਨੇ ਹਰ ਸਰਕਾਰ ਦੇ ਸੋ ਆਪਾਂ ਤਾਂ ਲੈ ਕੇ ਆਵਾਂਗੇ ਜਦ ਇਹ ਤੁਹਾਡੇ ਕਿਸਾਨਾਂ ਦੇ ਨਾਲ ਗੱਲਬਾਤ ਹੋ ਜੂਗੀ ਸੋ ਆਈ ਵਾਸ ਸੈਟੀਸਫਾਈਡ ਵਿਦ ਦੈਨ ਤੁਹਾਨੂੰ ਆ ਵੀ ਪਤਾ ਕਿ ਉਸ ਟਾਈਮ ਕਰੋਨਾ ਚੱਲ ਰਿਹਾ ਸੀ ਲੋਟ ਆਫ ਕੈਬਨਿਟ ਮੀਟਿੰਗਸ ਵਾਰ ਆਨਲਾਈਨ ਉਸ ਟਾਈਮ ਮੰਤਰੀ ਜੀ ਦੇ ਆਪਣੇ ਮਧਿਆ ਪ੍ਰਦੇਸ਼ ਚ ਨਾਲੇ ਤੋੜਤੀ ਸੀ ਕਿ ਕਾਂਗਰਸ ਪਾਰਟੀ ਉਹ ਮੰਤਰੀ ਜੀ ਉੱਥੇ ਤੁਮਰ ਸਾਹਿਬ ਬਿਜ਼ੀ ਹੋ ਗਏ ਉਹ 25 ਸੀਟਾਂ ਜਿਤਾਨੀਆਂ ਸੀਗੀਆਂ ਜੀ ਇਹ ਤਾਂ ਪਤਾ ਤਾਂ ਲੱਗਿਆ ਜਦੋਂ ਇੱਕਦਮ ਸਪਟੈਂਬਰ ਚ ਮੇਰੇ ਤਿੰਨੋਂ ਪਰਿਵਾਰ ਦੇ ਮੈਂਬਰਸ ਕਰੋਨਾ ਦੇ ਨਾਲ ਆਈ ਸੀ ਯੂ ਚ ਮੋਹਾਲੀ ਚ ਐਡਮਿਟ ਸਿਗੇ ਮਾਈ ਫਾਦਰ ਮਦਰ ਬ੍ਰਦਰ ਤੇ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਇਆ ਅਨੁਸਾਰ ਅਜੰਡਾ ਜਦ ਮੈਂ ਮੰਗਵਾਇਆ ਤਾਂ 3 ਕਾਨੂੰਨ ਤੋਂ ਦੇ ਵਿੱਚ ਫਰਸਟ ਡੇ ਫਰਸਟ ਸੈਸ਼ਨ ਜੀ ਸੋ ਨਾਉ ਥੈਟ ਇਜ਼ ਅ ਮੇਨ ਪੁਆਇੰਟ ਕਿ ਜਦ ਇਹ ਬਿਲ ਪਾਸ ਹੁੰਦਾ ਹੈ ਕਾਨੂੰਨ ਤਾਂ ਤਾਂ ਬਣਦਾ ਹੈ ਆਰਡੀਨੈਂਸ ਇਜ਼ ਨਾਟ ਅ ਕਾਨੂੰਨ ਉਹ ਤਾਂ ਹਵਾ ਚ ਹੈ ਉਸ ਟਾਈਮ ਤਾਂ ਤੁਸੀਂ ਲੜੋ ਕਿ ਇਹ ਨਾ ਆਏ ਪਰ ਜਦ ਕਾਨੂੰਨ ਵਾਸਤੇ ਤਾਂ ਫਿਰ ਸਾਰੇ ਦੇਸ਼ ਦੇ ਸਾਹਮਣੇ ਆਪਾਂ ਜਿਹੜਾ ਸਟੈਂਡ ਲਿੱਤਾ ਉਹ ਸਭ ਨੂੰ ਦੇਖ ਮੈਂ ਤੁਹਾਡੀ ਗੱਲ ਤੋਂ ਸਮਝ ਪਾ ਰਹੇ ਹਾਂ ਕਿ ਤੁਸੀਂ ਪਹਿਲੀ ਨਜ਼ਰ ਦੇ ਵਿੱਚ ਇਸ ਨੂੰ ਅਪੋਜ਼ ਕੀਤਾ ਤੁਸੀਂ ਇਹ ਕਹਿ ਰਹੇ ਹੋ ਜਦੋਂ ਆਰਡੀਨੈਂਸ ਆ ਰਹੇ ਸੀ ਤੁਸੀਂ ਕਿਹਾ ਕਿ ਇਹਦਾ ਵਿਰੋਧ ਹੋ ਰਿਹਾ ਉਸ ਤੋਂ ਪਹਿਲੇ ਵੀ ਆਈ ਥਿੰਕ ਦੋ ਤਰੀਕ ਨੂੰ ਆਇਆ ਸ਼ਾਇਦ 25 ਤਰੀਕ ਨੂੰ ਜਦ ਆਪਣਾ 25 ਮਈ ਨੂੰ ਤੁਸੀਂ ਉਹਨੂੰ ਅਪੋਜ਼ ਕੀਤਾ 25 ਤਰੀਕ ਨੂੰ ਜਦ ਸਾਰੇ ਦਫਤਰ ਖੁੱਲੇ ਉਸ ਤੋਂ ਪਹਿਲੇ ਬੰਦ ਸੀਗੇ ਨਾ ਲਾਕਡਾਊਨ ਕਰਕੇ ਅਜੇ ਆਫਿਸਸ ਖੁੱਲੇ ਨਹੀਂ ਸੀਗੇ ਸੋ ਜਦ ਮੈਂ ਇੱਥੋਂ ਗਈ 25 ਤਰੀਕ ਨੂੰ ਮੇਰੇ ਨੂੰ ਪਤਾ ਲੱਗਿਆ ਕਿ ਕੋਈ ਇੰਟਰ ਮਿਨਿਸਟਰੀਅਲ ਰੈਫਰੈਂਸ ਕੋਚ ਇਹੋ ਜਿਹਾ ਆਇਆ ਹੈਗਾ ਤੇ ਉਹਦੇ ਵਿੱਚ ਆਪਣੇ ਵਿਊਜ਼ ਕੀ ਸੀ ਸੋ ਉਹਦੇ ਮੇਰੇ ਵਿਊਜ਼ ਵੈਰੀ ਕਲੀਅਰਲੀ ਕਿ ਇਹ ਸਟੇਟ ਸਬਜੈਕਟ ਹੈਗਾ ਸਟੇਟਾਂ ਦੀ ਉਹਨਾਂ ਦੀ ਇਨਵੋਲਵਮੈਂਟ ਤੇ ਉਹਨਾਂ ਦਾ ਅਸੈਂਟ ਤੋਂ ਬਿਨਾ ਕਿਸਾਨਾਂ ਦੀ ਇਸ ਨੂੰ ਕੁਝ ਇਹੋ ਜੀ ਚੀਜ਼ ਨਹੀਂ ਹੋਣੀ ਚਾਹੀਦੀ ਹੁਣ ਉਸ ਟਾਈਮ ਮੈਨੂੰ ਨਹੀਂ ਪਤਾ ਸੀ ਕਿ ਜਦ ਇਹ ਕਾਲੇ ਕਾਨੂੰਨ ਬਣ ਰਹੇ ਸੀ ਤੇ ਪੰਜ ਮੁੱਖ ਮੰਤਰੀਆਂ ਦੀ ਕਮੇਟੀ ਨਾਲ ਬੈਠਦੀ ਸੀ ਨੀਤੀ ਆਯੋਗ ਦੀ ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਹਿੱਸਾ ਸੀਗੇ ਮਨਪ੍ਰੀਤ ਬਾਦਲ ਵਿੱਤ ਮੰਤਰੀ ਸੀਗੇ ਕਿ ਇਹ ਮੀਟਿੰਗਸ ਇਹਨਾਂ ਦੇ ਵਿੱਚੋਂ ਤਾਂ ਹੋ ਹੀ ਰਹੀ ਕਿਉਂਕਿ ਪੰਜਾਬ ਸਰਕਾਰ ਤੇ ਸੂਬੇ ਦੀ ਸੈਂਟਰ ਦੀ ਸਰਕਾਰ ਦਾ ਖੇਤੀਬਾੜੀ ਮੰਤਰਾਲਾ ਕੀ ਕਰ ਰਿਹਾ ਹੈ ਫੂਡ ਪ੍ਰੋਸੈਸਿੰਗ ਮਿਨਿਸਟਰ ਤੋਂ ਤਾਂ ਹਰ ਚੀਜ਼ ਦਾ ਨਹੀਂ ਨਾ ਪਤਾ ਹੁੰਦਾ ਸੋ ਇਹ ਤਾਂ ਬਾਅਦ ਨੂੰ ਕੰਸੀਕੁਐਂਟਲੀ ਪਤਾ ਲੱਗਿਆ ਕਿ ਇਹ ਸਾਰਾ ਕੁਝ ਰੂਪ ਰੇਖਾ ਜਦ ਬਣ ਰਹੀ ਸੀ ਤਾਂ ਸਾਰੇ ਇਕੱਠੇ ਬੈਠ ਕੇ ਬਣਾ ਰਹੇ ਸੀਗੇ ਚਲੋ ਮੇਰੇ ਇੱਕ ਦੋ ਹੋਰ ਛੋਟੇ ਇਸ ਦੇ ਨਾਲ ਸਵਾਲ ਹੈ ਤੁਸੀਂ ਪਰਸਨਲੀ ਕਦੀ ਇਸ ਮੁੱਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਜਾਂ ਅਮੇਸ਼ਾ ਹੋਰਾਂ ਦੇ ਨਾਲ ਗੱਲ ਕੀਤੀ ਕਿ ਤੁਸੀਂ ਇਹ ਗਲਤ ਕਰ ਰਹੇ ਹੋ ਜਾਂ ਜੋ ਹੋ ਰਿਹਾ ਇਸ ਨੂੰ ਚੇਂਜ ਕਰੋ ਕੋਈ ਇਸ ਤਰੀਕੇ ਨਾਲ ਹੋਇਆ ਹੋਵੇ ਜਿਹੜੇ ਮੇਰੇ 25 ਕੋਲੀਗਸ ਉਸ ਕੈਬਨਟ 'ਚ ਬੈਠਦੇ ਨੇ ਜੀ ਦੇ ਆ ਵਿਟਨੈਸ ਟੂ ਦਾ ਫੈਕਟ ਕਿ ਉੱਥੇ ਜਿੱਥੇ ਕੋਈ ਆਗਿਓ ਨਹੀਂ ਕਰਦਾ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਮੈਂ ਆਗਿਓ ਕੀਤਾ ਐਂਡ ਆਲ ਆਫ ਥੈਮ ਆ ਵਿਟਨੈਸ ਟੂ ਇਟ ਪ੍ਰੈਜ਼ੈਂਸ ਪ੍ਰਧਾਨ ਮੰਤਰੀ ਦੀ ਸੀ ਇਨ ਦਾ ਕੈਬਨਟ ਮੀਟਿੰਗ ਚੇਅਰਡ ਬਾਈ ਦਾ ਪ੍ਰਾਈਮ ਮਿਨਿਸਟਰ ਹਿਮਸੈਲਫ ਹੁਣ ਇਹ ਅੱਡ ਗੱਲ ਹੈ ਕਿ ਮੈਂ ਕੱਲੀ ਸੀਗੀ ਉਹ ਬਾਕੀ ਸਾਰੇ ਬੀਜੇਪੀ ਦੇ ਤੇ ਬੀਜੇਪੀ ਨੂੰ ਮੂੰਹ ਖੋਲਣ ਦੀ ਜ਼ਰੂਰਤ ਨਹੀਂ ਹੁੰਦੀ ਲੇਕਿਨ ਜੇ ਕਦੇ ਮਿੰਟਸ ਨਿਕਲ ਕੇ ਆਣਗੇ ਉਹਦੇ ਚ ਕਲੀਅਰਲੀ ਹੋਗਾ ਐਂਡ ਤਿੰਨ ਤਿੰਨ ਵਾਰੀ ਉੱਥੇ ਅਪੋਜ਼ ਕੀਤਾ ਉਹਦੇ ਬਾਅਦ ਕਿੰਨੀਆਂ ਚਿੱਠੀਆਂ ਲਿਖੀਆਂ ਕਿੰਨੇ ਵਾਰੀ ਟੋਮਰ ਸਾਹਿਬ ਰਿਕਾਰਡ ਕੱਢ ਲੋ ਤੇ ਲਾਸਟਲੀ ਜਦ ਇਹ ਸੁਖਵੀਰ ਜੀ ਵੀ ਗਏ ਅਕਾਲੀ ਦਲ ਦੀ ਡੈਲੀਗੇਸ਼ਨ ਨੱਡਾ ਸਾਹਿਬ ਨੂੰ ਮਿਲੀ ਟੋਮਰ ਸਾਹਿਬ ਨੂੰ ਮਿਲੀ ਰਾਜਨਾਥ ਨੂੰ ਮਿਲੀ ਦਿਸ ਇਜ਼ 올 ਬੈਟਰ ਆਫ ਰਿਕਾਰਡ ਉਹਦੇ ਬਾਅਦ ਜਦ ਇਹ ਪਾਰਲੀਮੈਂਟ ਵਿੱਚ ਜਦ ਆਇਆ ਇੱਕ ਵਾਰੀ ਨਹੀਂ ਤਿੰਨ ਵਾਰੀ ਨਹੀਂ ਕਈ ਵਾਰੀ ਫੋਨ ਕਰਕੇ ਪੀਐਮ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਅਮਿਤ ਸ਼ਾਹ ਜੀ ਨੂੰ ਅਨਫੋਰਚਨਟਲੀ ਕਰੋਨਾ ਹੋ ਗਿਆ ਸੀ ਉਹ ਹਸਪੀਟਲ ਚ ਸੀਗੇ ਸੋ देयर ਵਾਸ ਨੋ ਵੇ ਆਫ ਕੰਟੈਕਟਿੰਗ ਹਿਮ ਬਟ ਪੀਐਮ ਸਾਹਿਬ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਆਈ ਥਿੰਕ ਇ 17th ਸਪਟੰਬਰ ਉਹਨਾਂ ਦਾ ਬਰਥਡੇ ਹੁੰਦਾ ਗੁਜਰਾਤ ਜਾਇਆ ਕਰਦੇ ਸੀਗੇ ਜੀ ਸੋ ਦੋ ਦਿਨ ਪਹਿਲੇ ਤੋਂ ਮੈਂ ਲਗਾਤਾਰ ਕੋਸ਼ਿਸ਼ ਕਰ ਰਹੀ ਸੀ ਉਹ ਗੁਜਾਤ ਗਏ ਹੋਏ ਸੀਗੇ ਐਂਡ ਇੱਕ ਰਾਤ ਪਹਿਲੇ ਫਿਰ ਆਈ ਥਿੰਕ ਉਹਨਾਂ ਨੂੰ ਪਤਾ ਕਿਉਂਕਿ ਮੈਂ ਕਿੰਨੀ ਵਾਰੀ ਫੋਨ ਕਰ ਰਹੀ ਸੀ ਉਹਨਾਂ ਨੇ ਸ਼ਾਇਦ ਕਿਹਾ ਉਹਨਾਂ ਰਾਜਨਾਥ ਜੀ ਸੋ ਇਨ ਦਾ ਪਾਰਲੀਮੈਂਟ ਉੱਥੇ ਨੱਡਾ ਸਾਹਿਬ ਰਾਜਨਾਥ ਜੀ ਐਂਡ ਟੋਮਰ ਸਾਹਿਬ ਜੀ ਇਹਨਾਂ ਨੇ ਮੈਨੂੰ ਬੁਲਾਇਆ ਪਾਰਲੀਮੈਂਟਰੀ ਅਫੇਅਰਸ ਦੇ ਚੈਂਬਰਸ ਹੈ ਕਿ ਕਿਆ ਆਪ ਨੇ ਕੋਈ ਆਪਕੋ ਕੁਝ ਕਿਆ ਹੈ सो आई सेड आपको कई बार ही सुबीर जी ने बता दिया है ये बिल से आग लगेगी बहुत बड़ा आंदोलन खड़ा होगा किसानों में बहुत ज़्यादा रोस है पंजाब में आग लगेगी आप समझ नहीं रहे देश में क्या हालात होंगे नहीं नहीं बहन जी आपको ऐसी लग रहा है सब दो महीने में सब शांत हो जाएंगे अपने सब फसलों में कटने एम मिल जाएगी हार्वेस्टिंग में बिजी होता है राजनाथ जी भी मैं क्या कह आप तो किसानों के लीडर हैं आप तो समझते होंगे ये बात नहीं नहीं हमारे यूपी में कुछ भी नहीं है ओनली नड्डा जी सर हाँ फिर मैं आ मैं आई आउट मा रेजिग्नेशन लेटा ऐसे मैं तो ये दो दिन से लेके घूम रही हूँ hmm. जिस दिन आप इसको पास करेंगे ये मेरा रेजिग्नेशन हमारे किसानों को ये मंजूर ना हो और मैं उस सरकार का हिस्सा हूँ जो उनके ऊपर थोप रहा है ऐसे डी हरसिमरत की जमीर तो मानती नहीं ये मेरा रेजिग्नेशन है नड्डा जी कहते हैं हाँ आपकी मजबूरी तो हम समझ सकते हैं पर दे डेड नॉट टेक मी सीरियसली फिर उस दिन जब वो आया बिल तो सुखबीर जी शरे बोले मैं जाके नाल दी नाल मैं एंड ये ज़रूर मैं कहना चाहूँगी ਏ ਭਗਵੰਤ ਮਾਨ ਬਿੱਟੂ ਸਮੇਤ ਸਾਰੀ ਕਾਂਗਰਸ ਇਹਨਾਂ ਸਾਰਿਆਂ ਨੇ ਵਾਕਆਊਟ ਕੀਤਾ ਰਾਹੁਲ ਗਾਂਧੀ ਦੇਸ਼ ਛੱਡ ਕੇ ਭੱਜ ਗਿਆ ਲਾਜੇਸਟ ਆਪੋਜੀਸ਼ਨ ਪਾਰਟੀ ਦਾ ਕੰਮ ਹੈ ਨਾ ਕਿ ਲੜੇ ਦੇ ਵਾਸਤੇ ਲਾਜੇਸਟ ਆਪੋਜੀਸ਼ਨ ਪਾਰਟੀ ਸਮੇਤ ਭਗਵੰਤ ਮਾਨ ਉਹਦਾ ਤਾਂ ਭਗਵੰਤ ਮਾਨ ਤਾਂ ਹੁੰਦਾ ਹੀ ਉਹਨਾਂ ਦੇ ਏਡੀਸੀ ਹੁੰਦਾ ਸੀਗਾ ਕਾਂਗਰਸ ਦਾ ਉਹਨਾਂ ਦੇ ਨਾਲ ਹੀ ਆਉਂਦਾ ਸੀ ਨਾਲ ਹੀ ਜਾਂਦਾ ਸੀ ਸਾਰਿਆਂ ਨੇ ਵਾਕਆਊਟ ਕਰਕੇ ਗਿਣਤੀ ਘਟਾਈ ਬਲਕਿ ਇੱਕ ਅਕਾਲੀ ਦਲ ਦੇ ਦੋ ਸੀਗੇ ਅਸੀਂ ਮੈਂ ਜਾ ਕੇ ਅਸਤੀਫਾ ਉਹਦੇ ਜਾ ਕੇ ਦੇਖਿਆ ਉਹਦੇ ਦਫਤਰ 'ਚ ਵਾਪਸ ਆ ਕੇ ਖਿਲਾਫ ਵੋਟ ਸੋ ਗਈ ਜੀ ਤਾਂ ਮੈਂ ਪਾਈ ਬਾਕੀ ਕਾਂਗਰਸੀ ਕਿੱਥੇ ਸੀਗੇ ਸਾਰੇ ਨਾਮ ਆਦਮੀ ਸਿਕਾ ਨਾ ਸਿਕ ਮੈਨੂੰ ਤਾਂ ਲੱਗਦਾ ਕਿ ਕਿਉਂਕਿ ਨੰਬਰ ਤਾਂ ਬੀਜੇਪੀ ਕੋਲ ਤੋਂ ਪਹਿਲਾਂ ਹੀ ਕੰਪਲੀਟ ਹੈਗੀ ਪੂਰੀ ਆਕਾਲੀਵਲ ਦੇ 13 ਦੇ 13 ਖੜੇ ਹੁੰਦੇ ਇਹਦਾ ਵੈਲ ਆਫ ਦਾ ਹਾਊਸ ਪੋਲਿਟਿਕਸ ਤੋਂ ਉੱਪਰ ਉੱਠ ਕੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਹਦੇ ਖਿਲਾਫ ਤੇ ਕੁਝ ਸੁਣਵਾਈ ਹੁੰਦੀ ਬਲਕਿ ਮੇਰੇ ਰੈਜ਼ੀਗਨੇਸ਼ਨ ਦੇ ਬਾਅਦ ਮੈਨੂੰ ਸਾਊਥ ਇੰਡੀਅਨ ਐਮਪੀਜ਼ ਨੇ ਤਾਂ ਕਿੰਨੇ ਸਾਰੇ ਪੱਤਰਕਾਰਾਂ ਨੇ ਕਿਹਾ ਕਿ ਸਾਨੂੰ ਤਾਂ ਉੱਥੇ ਨੌਤਾਏ ਅੰਦੋਲਨ ਬਾਰੇ ਪਤਾ ਵੀ ਨਹੀਂ ਸੀ ਜਦ ਇੱਕ ਮੰਤਰੀ ਨੇ ਰੈਜ਼ਾਈਨ ਕੀਤਾ ਫਿਰ ਅਸੀਂ ਕਿਹਾ ਕਿ ਅੱਛਾ ਗੱਲ ਕੀ ਹੈ ਕਿ ਮੰਤਰੀ ਰੈਜ਼ਾਈਨ ਕਰ ਗਿਆ ਫਰਮ ਮੋਦੀ ਕੈ ਇੱਕ ਤਰੀਕੇ ਦੇ ਨਾਲ ਜੇ ਅੰਦੋਲਨ ਨੂੰ ਜੇ ਬਲ ਮਿਲਿਆ ਜੀ ਆਈ ਫੀਲ ਕਿ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਰਹੀ ਹੈ ਖੜੀ ਰਹੂਗੀ ਮੈਂ ਆਪਣਾ ਫਰਜ਼ ادا ਕੀਤਾ ਐਂਡ ਮੈਂ ਬਹੁਤ ਇਸ ਬਾਰੇ ਮੈਨੂੰ ਮਾਨ ਹੈ ਇਸ ਦਾ ਮੇਰਾ ਇੱਕ ਸਵਾਲ ਹੈ ਕਿ ਤੁਸੀਂ ਇਸ ਪੂਰੇ ਇਨਸੀਡੈਂਟ ਤੋਂ ਪਹਿਲਾਂ ਕਦੇ ਸੈਂਟਰਲ ਦੀ ਕੈਬਨਿਟ ਦੇ ਵਿੱਚ ਅਨਕੰਫਰਟੇਬਲ ਮਹਿਸੂਸ ਕੀਤਾ ਤੁਸੀਂ ਕਿਹਾ ਕਿ ਬੀਜੇਪੀ ਦੇ ਸਾਰੇ ਬੈਠੇ ਹੁੰਦੇ ਸੀ ਉਹ ਬੋਲਦੇ ਨਹੀਂ ਮੈਨੂੰ ਮੈਂ ਵਿਰੋਧ ਕੀਤਾ ਕਦੇ ਤੁਹਾਨੂੰ ਲੱਗਿਆ ਕਿ ਤੁਸੀਂ ਬਿਲਕੁਲ ਸਹਿਜ ਨਹੀਂ ਸਹਿਜ ਮਹਿਸੂਸ ਕੀਤਾ ਕੈਬਨਟ ਦੇ ਵਿੱਚ ਜਿਸ ਤਰ੍ਹਾਂ ਦੀ ਇਹ ਸਰਕਾਰ ਹੈ ਹਮ 10 ਸਾਲ ਤੁਸੀਂ ਵੀ ਦੇਖ ਲਿਆ ਨਾ ਬਰੂਟ ਮੈਜੋਰਿਟੀ ਦੇ ਨਾਲ ਤੁਸੀਂ ਐਮਪੀਜ਼ ਨੂੰ ਚੱਕੇ ਬਾਹਰ ਸਿੱਟ ਦੋ ਹਮ ਕਿਸੇ ਦੀ ਮੈਂਬਰਸ਼ਿਪ ਖਤਮ ਕਰ ਦੋ ਐਂ ਇਹੋ ਜੇ ਇੰਪੋਰਟੈਂਟ ਜਿਸੇ ਤੁਸੀਂ ਸਾਰੇ ਉਹ ਜੇਲ ਮੈਨਿਊਲ ਦਾ ਤੁਹਾਡੇ ਅ ਪੁਲਿਸ ਦੇ ਮੈਨੂ ਆ ਸਾਰਾ ਕੁਝ ਜਿਹੜਾ ਲੀਗਲ ਜੁਡੀਸ ਪ੍ਰੋਨਸ ਹੈ ਸਾਰਾ ਇੰਨਾ ਵੱਡਾ ਬਿੱਲ ਤੁਸੀਂ ਲੈ ਕੇ ਆ ਰਹੇ ਹੋ ਨਵੇਂ ਸਹਿਤਾ ਜਿਹੜਾ ਵੀ ਉਹਦਾ ਨਾਮ ਦਿੱਤਾ ਹੈਗਾ ਜੀ ਤੇ ਤੁਸੀਂ ਸਾਰਿਆਂ ਨੂੰ ਬਾਹਰ ਕੱਢ ਕੇ ਤੁਸੀਂ ਪਾਸ ਕਰ ਦੋ ਸੋ ਇਹ ਆਪਣੇ ਜ਼ੋਰ ਦੇ ਜ਼ਬਰ ਦੇ ਨਾਲ ਤਾਂ ਮੈਨੂੰ ਕਹਿੰਦੀ ਲੋੜ ਨਹੀਂ ਹੈ ਨਹੀਂ बतौर ਕੈਬਨਿਟ ਮੰਤਰੀ ਤੁਸੀਂ ਅਨਕੰਫਰਟੇਬਲ ਕਦੇ ਮਹਿਸੂਸ ਕੀਤਾ ਜਾਂ ਨਹੀਂ ਕੀਤਾ ਤੁਹਾਨੂੰ ਕਦੇ ਲੱਗਿਆ ਕਿ ਨਹੀਂ ਮੈਂ ਜਿਸ ਥਾਂ ਦੇ ਉਤੇ ਹਾਂ ਮੈਨੂੰ ਨਹੀਂ ਹੋਣਾ ਚਾਹੀਦਾ ਨਹੀਂ ਇੱਕ ਚੀਜ਼ ਮੈਂ ਤੁਹਾਨੂੰ ਦੱਸਾਂ ਕਿ ਜਿਹੜੀ ਹਰਸਿਮਰਤ ਬਾਦਲ ਦੀ ਫਿਤਰਤ ਹੈ ਨਾ ਉਹ ਮੇਰਾ ਖਿਆਲ ਸਾਡੇ ਸਾਰਿਆਂ ਪੰਜਾਬੀਆਂ ਦੀ ਫਿਤਰਤ ਹੈ ਆਪਾਂ ਦਬਦੇ ਨਹੀਂ ਸੁਖਬੀਰ ਸਿੰਘ ਬਾਦਲ ਤੁਹਾਡੇ ਹਸਬੰਡ ਨੇ ਉਹਨਾਂ ਦੀ ਪ੍ਰਧਾਨਗੀ ਨੂੰ ਲੈ ਕੇ ਬਹੁਤ ਟਾਈਮ-ਟਾਈਮ ਤੇ ਸਵਾਲ ਉੱਠਦੇ ਰਹੇ ਨੇ ਕਦੇ ਉਸ ਨੂੰ ਲੈ ਕੇ ਪੈਨਿਕ ਘਰ ਦੇ ਵਿੱਚ ਹੋਈ ਹੋਵੇ ਨਹੀਂ ਨਹੀਂ ਸੁਖਬੀਰ ਜੀ ਤਾਂ ਸਾਨੂੰ ਬਿਲਕੁਲ ਕਲੀਅਰ ਹੈ ਕਿ ਜਿਹੜਾ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੇ ਨੇ ਹੂੰ ਉਹ ਚਾਹੁੰਦੇ ਨੇ ਕਿ ਪਹਿਲਾਂ ਬਦਲ ਫੈਮਿਲੀ ਨੂੰ ਖਤਮ ਕਰੀਏ ਜੇ ਬਦਲ ਫੈਮਿਲੀ ਖਤਮ ਹੋਂਦੀ ਹੈ ਤਾਂ ਫਿਰ ਆਟੋਮੈਟਿਕਲੀ ਅਕਾਲੀ ਦਲ ਵੀ ਕਮਜ਼ੋਰ ਹੋਗਾ ਉਹ ਉਹਦੇ ਉੱਤੇ ਆਪਾਂ ਕਬਜ਼ਾ ਕਰ ਸਕਾਂਗੇ ਇੱਕ ਤਰੀਕੇ ਨਾਲ ਪੰਜਾਬ ਦੇ ਉੱਤੇ ਕਬਜ਼ਾ ਕਰਾਂਗੇ 103 ਸਾਲ ਪੁਰਾਣੀ ਪਾਰਟੀ ਨੂੰ ਉੱਤੇ ਤਰਬਦਰ ਕਰ ਦਾਂਗੇ ਤੇ ਇਹ ਚੀਜ਼ ਆਪਾਂ ਤਾਂ ਸਮਝਦੇ ਹੁਣ ਲੋਕੀ ਵੀ ਸਮਝ ਗਏ ਇਸ ਚੀਜ਼ ਨੂੰ ਅੱਧੇ ਘਰ ਆਗੇ ਸੁਖਬੀਰ ਜੀ ਨੇ ਗੱਲ ਕੀਤੀ ਹੋਵੇ ਵੱਡੇ ਬਦਲ ਸਾਹਿਬ ਇੱਥੇ ਹੁੰਦੇ ਸੀ ਉਸ ਟਾਈਮ ਆ ਪ੍ਰਧਾਨਗੀ ਨੂੰ ਲੈ ਕੇ ਕਿ ਠੀਕ ਹੈ ਜਦੋਂ ਬਹੁਤ ਸਾਰੀਆਂ ਆਵਾਜ਼ਾਂ ਉੱਠ ਰਹੀਆਂ ਨੇ ਜਾਂ ਜੋ ਪਾਰਟੀ ਦੇ ਵੱਡੇ ਲੀਡਰ ਛੱਡ ਕੇ ਜਾ ਰਹੇ ਨੇ ਸੁਖਦੇਵ ਸਿੰਘ ਢੀਂਡ ਸੌਣਾਂ ਦੇ ਵਿੱਚੋਂ ਇੱਕ ਨਾਮ ਹੈ ਡਾਇਰੈਕਟਲੀ ਬੋਲਦੇ ਸੀ ਕਿ ਮੈਨੂੰ ਪ੍ਰਧਾਨ ਮੰਜ਼ੂਰ ਨਹੀਂ ਸੁਖਬੀਰ ਬਾਦਲ ਅੱਜ ਮਾਹੌਲ ਵੱਖਰਾ ਹੈ ਕਦੀ ਉਹਨਾਂ ਨੇ ਘਰ ਆ ਕੇ ਗੱਲ ਕਹੀ ਹੋਵੇ ਜਾਂ ਵੱਡੇ ਵੱਲ ਸਾਹਿਬ ਨਾਲ ਗੱਲ ਕੀਤੀ ਹੋਵੇ ਕਿ ਬੋਲੋ ਕਿ ਮੈਂ ਸੋਚਾਂ ਇਸ ਬਾਰੇ ਜਾਂ ਨਾ ਸੋਚਾਂ ਕਦੇ ਐਵੇਂ ਕੋਈ ਗੱਲ ਹੋਈ ਨਹੀਂ ਸੁਖਬੀਰ ਜੀ ਨੂੰ ਕੋਈ ਪ੍ਰਧਾਨਗੀ ਦੇ ਨਾਲ ਕੋਈ ਇਹੋ ਜਿਹਾ ਲਾਲਚ ਦਾ ਕੋਈ ਨਹੀਂ ਕਿਉਂਕਿ ਸਾਰੇ ਜਿਹੜੇ ਉਹਨਾਂ ਨੂੰ ਜਾਣਦੇ ਨੇ ਉਹ ਉਸ ਗੱਲ ਨੂੰ ਸਮਝਦੇ ਨੇ ਕਿ ਪਰਮਾਤਮਾ ਦਾ ਦਿੱਤਾ ਬਹੁਤ ਕੁਝ ਹੈਗਾ ਲੇਕਿਨ ਸੁਖਬੀਰ ਜੀ ਜੋ ਕੋਈ ਉਸ ਅਹੁਦੇ ਦੇ ਨਾਲ ਕੋਈ ਲगाव ਨਹੀਂ ਹੈਗਾ ਲੇਕਿਨ ਇੱਕ ਸੈਂਸ ਆਫ ਰਿਸਪੌਂਸਿਬਿਲਟੀ ਜਿਹੜੇ ਉਹਨਾਂ ਨੇ ਆਪਣੇ ਫਾਦਰ ਤੋਂ ਉਹਨਾਂ ਨੇ ਸਿੱਖੀ ਹੈ ਕਿ ਭਜਨਾ ਨਹੀਂ ਹੈਗਾ ਖੜ ਕੇ ਲੜਨਾ ਹੈਗਾ ਇੱਕ ਇੱਕ ਨੈਰੇਟਿਵ ਇਸ ਸਾਈਡ ਕੀਤਾ ਜਾ ਰਿਹਾ ਹੈ ਕਿ ਅਕਾਲੀ ਦਲ ਨੂੰ ਵੋਟ ਕਰਨਾ ਜਾਂ ਅਕਾਲੀ ਦਲ ਦੀ ਸੀਟ ਨਿਕਲਣਾ ਡਾਇਰੈਕਟਲੀ ਬੀਜਪੀ ਨੂੰ ਸਪੋਰਟ ਹੋਏਗੀ ਜੇ ਹਰਸ਼ਮ੍ਰਿਤਕਾ ਔਰ ਬਾਦਲ ਜਿੱਤਦੇ ਨੇ ਪਾਰਲੀਮੈਂਟ ਚ ਤੁਹਾਡਾ ਕੀ ਐਕਸ਼ਨ ਪਲਾਨ ਹੈ ਕਿ ਹੁਣ ਤੁਸੀਂ ਇਕੱਲੇ ਹੋਵੋਗੇ ਉੱਥੇ ਜਾਂ ਤੁਹਾਡੇ ਅਕਾਲੀ ਦਲ ਦੇ ਸਾਥੀ ਜਿਹੜੇ ਜਿੱਤਣਗੇ ਅਗਰ ਜਿੱਤਦੇ ਨੇ ਤਾਂ ਉਹ ਹੋਣਗੇ ਜਾਂ ਤੁਸੀਂ ਬੀਜਪੀ ਨੂੰ ਸਪੋਰਟ ਕਰੋਗੇ ਕੀ ਕੀ ਸੋਚ ਰਹੇ ਹੋ ਮੈਂ ਤਾਂ ਜਿਹੜੇ ਸਾਡੇ ਵਿਰੋਧੀ ਆ ਸਾਰਾ ਅਜੈਂਡਾ ਬਣਾ ਕੇ ਲੋਕਾਂ ਨੂੰ ਵੇਚਦੇ ਨੇ ਜਿਵੇਂ ਇਹਨਾਂ ਨੇ ਵੇਚਿਆ ਕਿ ਜੀ ਨਸ਼ੇ ਲਾਂਦੇ ਸੀ ਜਾਂ ਬੇਅਦਬੀ ਆ ਕਰਾਂਦੇ ਸੀ ਤਾਂ ਪੰਜਾਬ ਦਾ ਨੁਕਸਾਨ 7 ਸਾਲ ਇਹਨਾਂ 7 ਸਾਲਾਂ 'ਚ ਬਾਦਲ ਸਾਹਿਬ ਨੇ ਪੰਜਾਬ ਨੂੰ ਕਿਤੇ ਦਾ ਕਿਤੇ ਲੈ ਜਾਣਾ ਸੀ ਅੱਜ ਐਸੀ ਸਿਚੁਏਸ਼ਨ ਆ ਜਿਵੇਂ ਕਿ ਭਾਜਪਾ ਦੀ ਸਰਕਾਰ ਬਣ ਸਕਦੀ ਹੈ ਇੱਕ ਬੋਰਡ ਦੀ ਜ਼ਰੂਰਤ ਹੈ ਹਰ ਸਿਮਰਤ ਕੋਰ ਬਦਲ ਦੇ ਦੇਣਗੇ ਕਿ ਨਹੀਂ ਜੇ ਸਾਰੇ ਜਿਹੜੇ ਸਾਡੀ ਮੰਗਾਂ ਹੈਗੀਆਂ ਸਾਡੇ ਬੰਦੀ ਸਿਕਾਂ ਨੂੰ ਰਿਲੀਜ਼ ਕੀਤਾ ਜਾਏ ਸਾਡੇ ਕਿਸਾਨਾਂ ਦੀ ਮੰਗਾਂ ਨੂੰ ਪੂਰਾ ਕੀਤਾ ਜਾਏ ਕਟ ਗਿੰਦਿਆਂ ਨੂੰ ਪੰਜਾਬ ਦੇ ਅੱਜ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ੇ ਹੋ ਰਿਹਾ ਹੈ ਸਾਡਾ ਪਾਣੀ ਖੋਣ ਵਾਸਤੇ ਬੈਠੇ ਹੋਏ ਨੇ ਸਾਡੀ ਰਾਜਧਾਨੀ ਦੇ ਉੱਤੇ ਕਬਜ਼ਾ ਸਾਡੀ ਮੰਗਾਂ ਮੰਨ ਲਿਆ ਆਪਾਂ ਜੋ ਮੰਗੂਗਾ ਉਹਦੇ ਨਾਲ ਮੈਂ ਇੱਕ ਤੁਹਾਨੂੰ ਭਾਵੇਂ ਉਹ ਕੋਈ ਦੂਜੀ 3rd ਫਰੰਟ ਹੋਵੇ ਭਾਵੇਂ ਸੈਕੰਡ ਫਰੰਟ ਹੋਵੇ ਕਾਂਗਰਸ ਨੂੰ ਛੱਡ ਕੇ ਕਿਸੇ ਨਾ ਲੱ ਲੱਪਾ ਜਿਹੜਾ ਪੰਜਾਬ ਦੇ ਮੰਗ ਮੰਗਦਾ ਹਰਸਿਮਰਤ ਕੋਰ ਬਦਲ ਕਦੇ ਸਟੇਟ ਪੋਲਿਟਿਕਸ ਦੇ ਵਿੱਚ ਆਉਣ ਬਾਰੇ ਨਹੀਂ ਸੋਚਦੇ ਪੰਜਾਬ ਨੂੰ ਫੀਮੇਲ ਚੀਫ ਮਿਨਿਸਟਰ ਪਰਜਿੰਦਰ ਕੋਰ ਪਠੱਲ OBC 82 ਦਿਨ ਦੇ ਲਈ ਉਸੇ ਜਿਹੜੇ ਲੋਕੀ ਹਰਸਿਮਰਤ कौर ਬਾਦਲ ਨੂੰ ਜਾਣਦੇ ਨੇ ਨਾ ਉਹ ਇਸ ਗੱਲ ਨੂੰ ਵੀ ਜਾਣਦੇ ਕਿ ਸਿਆਸਤ ਦੇ ਨਾਲ ਮੇਰਾ ਨੇੜੇ ਦਾ ਕੋਈ ਲੈਣਾ ਦੇਣਾ ਜਾਂ ਲगाव ਕਦੇ ਸਿਗਾ ਹੀ ਨਹੀਂ ਬਲਕਿ ਮੈਂ ਤਾਂ ਨੰਨੀ ਛਾ ਦੀ ਮੁਹਿੰਮ ਸ਼ੁਰੂ ਕੀਤੀ ਸੀ ਸੋਸ਼ਲ ਪੋਲਿਟਿਸ਼ੀਅਨਸ ਦੇ ਵਿੱਚ ਗਿਣੇ ਜਾਂਦੇ ਜੋ ਪੰਜਾਬ ਦੇ ਹੈਗੇ ਬਿਲਕੁਲ ਕੋਈ ਨਹੀਂ ਕਹਿੰਦਾ ਸਿਰਫ ਤੁਸੀਂ ਕਹਿ ਰਹੇ ਹੋ ਤੁਸੀਂ ਨਾ ਮੰਨੋ ਪਰ ਮਤਲਬ ਦੇਖੋ ਤੁਸੀਂ ਤਿੰਨ ਵਾਰ ਐਮਪੀ ਹੋ ਇੱਕ ਲੈਗੇਸੀ ਤੁਹਾਡੇ ਨਾਲ ਨਾਲ ਚੱਲ ਰਹੀ ਹੈ ਦੋਵੇਂ ਪਰਿਵਾਰਾਂ ਦੀ ਨਹੀਂ ਤਿੰਨ ਵਾਰੀ ਜੇ ਮੈਂ ਐਮਪੀ ਬਨੀ ਆ ਤਾਂ ਇਹ ਮੇਰੇ ਵਾਇਗਰੂ ਦੀ ਕਿਰਪਾ ਜਾਂ ਮੇਰੇ ਲੋਕਾਂ ਦੀ ਕਿਰਪਾ ਇਹਦੇ ਵਿੱਚ ਮੇਰੀ ਕੋਈ ਖਾਸੀਅਤ ਨਹੀਂ ਹੈ ਮੈਂ ਸਿਰਫ ਆਪਣਾ ਫਰਜ਼ ਅਦਾ ਕੀਤਾ ਜੇ ਲੋਕਾਂ ਨੇ ਮੈਨੂੰ ਅਹੁਦਾ ਬਖਸ਼ਿਆ ਬਾਦਲ ਸਾਹਿਬ ਤਾਂ ਜਿਵੇਂ ਐਸੇ ਕਿਹਾ ਕਿ ਬੇਟਾ ਤੁਹਾਨੂੰ ਜੇ ਕੋਈ ਅਹੁਦਾ ਲੋਕਾਂ ਨੇ ਬਖਸ਼ਿਆ ਹੈ ਇਹ ਘਰ ਚ ਕੂਲਰ ਛੱਡ ਕੇ AC ਛੱਡ ਕੇ ਬੈਠਣ ਵਾਸਤੇ ਨਹੀਂ ਲੋਕਾਂ ਦੇ ਵਿੱਚ ਜਾਓ ਨੈਕਸਟ ਫਰਦਰ ਬਦਲ ਪਰਿਵਾਰ ਦੇ ਲੈਗਸੀ ਨੂੰ ਅੱਗੇ ਤੁਹਾਨੂੰ ਕੀ ਲੱਗਦਾ ਕੌਣ ਲੈ ਕੇ ਜਾਏਗਾ ਕਿਉਂਕਿ ਤੁਹਾਡੀਆਂ ਬੇਟੀਆਂ ਐਕਟਿਵ ਵੀ ਨਜ਼ਰ ਆਉਂਦੀਆਂ ਕਦੇ-ਕਦੇ ਤੁਹਾਡੇ ਕੈਂਪੇਨ ਦੇ ਵਿੱਚ ਔਰ ਉਹਨਾਂ ਦੀ ਇੰਟਰਸਟ ਨਹੀਂ ਹੈ ਜਾਂ ਤੁਸੀਂ ਨਹੀਂ ਚਾਹ ਰਹੇ ਕਿ ਉਹ ਪੋਲਿਟਿਕਸ ਦੇ ਵਿੱਚ ਆਉਣ ਫੁੱਲ ਫਲੈਕਸ ਖੁੱਲ ਕੇ ਉਹਨਾਂ ਦਾ ਇੰਟਰਸਟ ਵੀ ਨਹੀਂ ਹੈਗਾ ਤਾਂ ਨਹੀਂ ਅਸੀਂ ਚਾਹੁੰਦੇ ਬਲ ਸਾਹਿਬ ਮਤਲਬ ਫਿਲਹਾਲ ਨਹੀਂ ਚਾਹੁੰਦੇ ਆ ਤਾਂ ਲੱਗਦਾ ਕਿ ਹਜੇ ਟਾਈਮ ਨਹੀਂ ਆਇਆ ਨਹੀਂ ਨਹੀਂ ਬਲ ਸਾਹਿਬ ਕਲੀਅਰਲੀ ਕਹਿੰਦੇ ਸੀ ਬੇਟਾ ਤੁਸੀਂ ਪੜੋ ਤੁਹਾਨੂੰ ਇਹ ਕੰਮ ਉਹ ਤੋਂ ਬਲਕਿ ਇਲੈਕਸ਼ਨ ਚ ਜਿਵੇਂ ਪਬਲਿਕ ਦੀ ਡਿਮਾਂਡ ਹੁੰਦੀ ਹੈ ਕਿ ਜੇ ਬਈ ਤੁਸੀਂ ਨਹੀਂ ਪਹੁੰਚ ਸਕਦੇ ਤਾਂ ਬੇਟੀ ਨੂੰ ਭੇਜ ਦਿਓ ਜੀ ਲੰਬੀ ਚ ਅਨੰਤ ਵੀਰ ਨੂੰ ਭੇਜ ਦਿਓ ਵਰਕਰਸ ਪ੍ਰੈਸ਼ਰ ਕਰਦੇ ਆ ਬਿਕੋਜ਼ ਸਾਰੀ ਜਗ੍ਹਾ ਨਹੀਂ ਕਵਰ ਹੁੰਦਾ ਸੋ ਉਹ ਤੋਂ ਉਸ ਟਾਈਮ ਤੇ ਬਲ ਸਾਹਿਬ ਲੜਦੇ ਸੀ ਕਿ ਕਿਉਂ ਭੇਜ ਰਹੇ ਹੋ ਤੁਸੀਂ ਇਹਨਾਂ ਨੂੰ ਸੋ ਇਹ ਆਪਾਂ ਬਿਲਕੁਲ ਨਹੀਂ ਤੁਸੀਂ ਦੇਖੋ ਮੈਂ ਆਪਣੇ ਬੱਚਾ ਤਾਂ ਕੋਈ ਨਾ ਕੋਈ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਨਾ ਮੈਂ ਕਹਿੰਦਾ 10 ਸਾਲ 20 ਸਾਲ ਬਾਅਦ ਇਸ ਪਾਸੇ ਤੱਕ ਨਾ ਸੀ ਨਾ ਤਾਂ ਆਪਾਂ ਚੰਡੀਗੜ੍ਹ ਰਹਿੰਦੇ ਉਹਨਾਂ ਦੀ ਪਰਵਰਿਸ਼ ਇੱਥੇ ਕਰਦੇ ਇਸ ਮਾਹੌਲ 'ਚ ਉਹਨਾਂ ਪਰ ਇਸ ਮਾਹੌਲ 'ਚੋਂ ਦੂਰ ਰੱਖਿਆ ਕਿਉਂਕਿ ਮੈਂ ਚਾਹੁੰਦੀ ਸੀ ਕਿ ਉਹ ਜ਼ਮੀਨ ਦੇ ਨਾਲ ਜੁੜੇ ਰਹਿਣ ਉਹ ਅਸਲੀ ਦੁਨੀਆ ਨੂੰ ਦੇਖਣ ਇਹ ਇਹ ਤਾਕਤ ਨੂੰ ਗਨਮੈਨ ਕਲਚਰ ਵੀਆਈਪੀ ਕਲਚਰ ਤੋਂ ਦੂਰ ਰੱਖਿਆ ਮੈਂ ਆਪਣੇ ਬੱਚੇ ਨੂੰ ਤੋਂ ਬਹੁਤ ਗਰਾਉਂਡਡ ਸਿੰਪਲ ਬੱਚੇ ਨੇ 2024 ਦੇ ਵਿੱਚ ਵੋਟ ਪਰਸੈਂਟੇਜ ਤੋਂ ਲੈ ਕੇ ਸੀਟਾਂ ਜਿੱਤਣ ਤੱਕ ਤੋਂ ਲੱਗਦਾ ਹੈ ਕਿ ਇਹ ਇਹ ਬਿਲਕੁਲ ਅੱਗੇ ਫਿਊਚਰ ਡਿਸਾਈਡ ਕਰ ਸਕਦਾ ਅਕਾਲੀ ਦਲ ਦਾ ਦੇਖੋ ਸਾਡੇ ਪ੍ਰਧਾਨ ਸਾਹਿਬ ਨੇ ਵੈਰੀ ਕਲੀਅਰਲੀ ਕਹਿਤਾ ਹੈਗਾ ਨਾ ਸੱਤਾ ਦੀ ਲਾਲਚ ਹੈ ਨਾ ਸਰਕਾਰ ਦੀ ਲਾਲਚ ਹੈ ਤੇ ਨਾ ਹੀ ਸੀਟਾਂ ਦੀ ਲਾਲਚ ਹੈ ਇਹ ਕੌਮ ਦੀ ਤੇ ਪੰਜਾਬ ਦੀ ਇੱਕ ਜਥੇਬੰਦੀ ਹੈ ਜਿਹਨੂੰ ਬਣਾਇਆ ਗਿਆ ਸੀ ਕੌਮ ਤੇ ਲੋਕਾਂ ਦੀ ਹਕਾਂ ਦੀ ਲੜਾਈ ਲੜਨ ਵਾਸਤੇ ਜੀ ਸੋ ਇਹ ਪਾਰਟੀ ਨੇ 103 ਸਾਲਾਂ ਤੋਂ ਆਪ ਦਾ ਫਰਜ਼ ਅਦਾ ਕੀਤਾ ਹੈ ਲੜਦੇ ਰਵਾਂਗੇ ਸੂਬੇ ਵਾਸਤੇ ਸੱਤਾ ਆਏ ਨਾਏ ਲੋਕਾਂ ਦੀ ਆ ਰੱਬ ਦੀ ਰਜ਼ਾ ਹੈਗੀ ਅਸੀਂ ਆਪਣਾ ਫਰਜ਼ ਅਦਾ ਕਰਾਂਗੇ ਜੋ ਕਹਾ ਕਹਾਂਗੇ ਉਹ ਕਰਕੇ ਦਿਖਾਵਾਂਗੇ ਤੇ ਅੱਜ ਇਹ ਮੈਂ ਸਮਝੀ ਆਕਾਲੀ ਦਲ ਦੀ ਸਭ ਤੋਂ ਸੁਖਵੀਰ ਜੀ ਦੀ ਮੈਂ ਕਵਾਂਗੀ ਸਭ ਤੋਂ ਅ ਸਟਰੋਂਗ ਪੁਆਇੰਟ ਆ ਕਿ ਵਿਰੋਧੀ ਵੀ ਮੰਨਦੇ ਜੇ ਸੁਭੀਰ ਨੇ ਕਹਿਤਾ ਤਾ ਤੋ ਕਰ ਦੂਗਾ ਵਿਚ ਇਜ਼ ਅ ਫੈਕਟ ਚਲੋ ਮੈਂ ਤੁਹਾਡੇ ਤੋਂ ਇਜਾਜ਼ਤ ਲਵਾਂਗਾ ਪਰ ਤੁਸੀਂ ਹਮੇਸ਼ਾ ਸਿਰ ਟੱਕੇ ਹੋਏ ਨਜ਼ਰ ਆਉਂਦੇ ਹੋ ਇੱਕ ਪੰਥਕ ਪਾਰਟੀ ਦੇ ਆਗੂ ਦੇ ਲਈ ਜ਼ਰੂਰੀ ਇਹ ਤਾਂ ਪਤਾ ਨਹੀਂ ਦੂਜੇ ਹੀ ਦੱਸਣਗੇ ਮੈਂ ਸਿਰ ਟੱਕਦੀਆਂ ਕਿਉਂਕਿ ਜਦ ਮੈਂ ਇਸ ਪਰਿਵਾਰ 'ਚ ਆਈ ਤੋ ਮੈਂ ਇੱਕ ਨੂ ਦੀ ਤਰ੍ਹਾਂ ਆਈ ਸੀ ਤੇ ਆਮ ਪੰਜਾਬ 'ਚ ਨੂਆ ਆਊਟ ਆਫ ਰਿਸਪੈਕਟ ਆਪਣੇ ਵੱਡਿਆਂ ਵਾਸਤੇ ਵੱਡਿਆਂ ਦੇ ਸਾਹਮਣੇ ਸਿਰ ਟੱਕਦੀਆਂ ਨੇ ਸੋ ਮੇਰੇ ਤੋਂ ਸਾਰੇ ਵੱਡੇ ਸੀਗੇ ਤੋ ਮੈਂ ਇਸ ਇਸ ਕਰਕੇ ਟੱਕਦੀਆਂ ਤੇ ਇਸ ਉਮੀਦ ਦੇ ਨਾਲ ਕਿ ਹੋਰ ਵੀ ਦੇਖ ਦੂਜੀਆਂ ਵੀ ਟੱਕਣ ਗਿਆ ਤਾਂ ਕਿ ਸਾਡਾ ਕਲਚਰ ਜ਼ਿੰਦਾ ਰਹੇ ਚਲੋ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੁਸੀਂ ਨਿਊਜ਼ 80 ਨਾਲ ਪੂਰੀ ਗੱਲਬਾਤ ਕੀਤੀ ਬਹੁਤ سارے ਸਵਾਲ ਮੈਨੂੰ ਲੱਗਦਾ ਹਜੇ ਵੀ ਸ਼ਾਇਦ ਦਰਸ਼ਕਾਂ ਦੇ ਮਨ ਦੇ ਵਿੱਚ ਹੋਣ ਜਿਹੜੇ ਰਹਿ ਗਏ ਹੋਣਗੇ ਪਰ ਆਪਾਂ ਇਨ ਫਿਊਚਰ ਜ਼ਰੂਰ ਗੱਲਬਾਤ ਕਰਾਂਗੇ ਵਿਸ਼ ਯੂ ਆਲ ਦਾ ਬੈਸਟ ਜੀ ਫॉर ਯਰ ਲੋਕ ਸਭਾ ਇਲੈਕਸ਼ਨ ਥੈਂਕ ਯੂ ਵੈਰੀ ਮਚ ਥੈਂਕ ਯੂ ਜੀ ਤੁਸੀਂ ਆਏ ਥੈਂਕ ਯੂ ਸੋ ਮਚ ਤਾਂ ਅਸੀਂ ਗੱਲਬਾਤ ਕੀਤੀ ਹੈ ਔਰ ਉਮੀਦ ਕਰਦੇ ਹਾਂ ਕਿ ਬਹੁਤ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਤੁਸੀਂ ਜਾਨਣਾ ਚਾਹੁੰਦੇ ਸੀ ਉਹ ਮਿਲੇ ਹੋਣਗੇ ਬਹੁਤ ਸਾਰੀਆਂ ਚੀਜ਼ਾਂ ਦੇ ਵਿਚਾਲੇ ਇੰਤਜ਼ਾਰ ਹੁਣ 4 ਜੂਨ ਦਾ ਲਾਜ਼ਮੀ ਤੌਰ ਤੇ ਰਹੇਗਾ ਜਦੋਂ ਰਿਜ਼ਲਟ ਆਉਣੇ ਨੇ ਹੁਣ ਉਸ ਦੇ ਲਈ ਕੀ ਪੂਰੀ ਸਟ੍ਰੈਟਜੀ ਕਿਸ ਦੀ ਕੰਮ ਕਰਦੀ ਹੈ ਇਹ 4 ਜੂਨ ਨੂੰ ਹੀ ਵੀਐਮ ਖੁੱਲਣ ਤੇ ਪਤਾ ਲੱਗੇਗਾ ਮੇਰੇ ਸਹਿਯੋਗੀ ਸੰਦੀਪ ਤੇ ਅਮਨ ਦੇ ਨਾਲ ਗੌਰਵ ਸ਼ੁਕਲਾ ਨਿਊਜ਼ ਇਟ ਇਨ ਪੰਜਾਬ ਪਿੰਡ ਬਾਦਲ ਧੰਨਵਾਦ